ਜਿਸ ਇਨਸਾਨ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਦਾ ਜਲੰਧਰ ਦੂਰਦਰਸ਼ਨ ਆਪਣੇ ਪ੍ਰੋਗਰਾਮਾਂ ਰਾਹੀਂ ਉਸ ਸ਼ਖਸ ਦੀ ਕਲਾ ਨੂੰ ਆਪਣੇ ਅੰਦਰ ਕੈਦ ਕਰਦਾ ਰਿਹਾ। ਉਹ ਸ਼ਖਸ ਜਲੰਧਰ ਦੂਰਦਰਸ਼ਨ ਤੋਂ ਤੁਰਦਾ ਹੋਇਆ ਬਹੁਤ ਸਾਰੀਆਂ ਪ੍ਰਾਪਤੀਆਂ ਆਪਣੀ ਝੋਲੀ 'ਚ ਪਾਉਂਦਾ ਹੋਇਆ ਅੱਜ ਪੰਜਾਬ ਕਲਾ ਪ੍ਰੀਸ਼ਦ ਦੇ ਨਾਲ ਜੁੜ ਕੇ ਪੰਜਾਬੀ ਸਾਹਿਤ ਲਈ ਨਵੇਂ ਆਯਾਮ ਸਿਰਜ ਰਿਹਾ ਹੈ, ਨਵੀਆਂ ਨਵੀਆਂ ਕਾਰਵਾਈਆਂ ਕਰਦਿਆਂ ਉਹ ਝਿਜਕ ਨਹੀਂ ਕਰਦਾ। ਸੋ ਮੈਂ ਕਹਿਣਾ ਚਾਹਾਂਗਾ ਕਿ ਇਸ ਵੇਲੇ ਮੇਰੇ ਨਾਲ ਡਾਕਟਰ ਲਖਵਿੰਦਰ ਜੌਹਲ, ਜਿਹੜੇ ਕਿ ਜਦੋਂ ਗਜ਼ਲ ਲਿਖਦੇ ਹਨ ਤਾਂ ਹਰ ਗਜ਼ਲ ਦੇ ਵਿੱਚ ਇੱਕ ਜ਼ਿੰਦਗੀ ਧੜਕਦੀ ਹੁੰਦੀ ਹੈ, ਇੱਕ ਤਜ਼ਰਬਾ ਧੜਕਦਾ ਹੁੰਦਾ ਹੈ। ਡਾਕਟਰ ਜੌਹਲ, ਜਿਨ੍ਹਾਂ ਦੇ ਕਵਿਤਾ ਸੰਗ੍ਰਹਿ ਬਹੁਤ ਦੇਰ ਹੋਈ, ਮਨੋਵੇਗ, ਸਾਹਾਂ ਦੀ ਸਰਗਮ, ਇੱਕ ਸੁਪਨਾ ਇੱਕ ਸੰਵਾਦ, ਬਲੈਕ ਹੋਲ, ਸ਼ਬਦਾਂ ਦਾ ਸੰਵਾਦ ਸਾਡੇ ਆਲੇ ਦੁਆਲੇ ਨੇ ਬਹੁਤ ਸਾਰੀਆਂ ਲਾਇਬ੍ਰੇਰੀਆਂ ਦੇ ਵਿੱਚ, ਬਹੁਤ ਸਾਰੀਆਂ ਨਿੱਜੀ ਲਾਇਬ੍ਰੇਰੀਆਂ ਦੇ ਵਿੱਚ ਅਤੇ ਬਹੁਤ ਸਾਰੇ ਦੋਸਤਾਂ ਦੀ ਪੜ੍ਹਨ ਕਾਰਨਸ ਦੇ ਉੱਤੇ ਪਈਆਂ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਆਈਆਂ ਹੋਈਆਂ ਨੇ, ਅਤੇ ਅੱਜ ਉਹ ਆਪਣੀ ਸ਼ਾਇਰੀ ਦੇ ਨਾਲ, ਆਪਣੀਆਂ ਗੱਲਾਂ ਦੇ ਨਾਲ, ਆਪਣੇ ਤਜ਼ਰਬਿਆਂ ਦੇ ਨਾਲ, ਆਪਣੀ ਸਿਰਜਣ ਪ੍ਰਕਿਰਿਆ ਨੂੰ ਸਾਡੇ ਨਾਲ ਸਾਂਝਾ ਕਰਨਗੇ। ਤੁਹਾਡਾ ਸਵਾਗਤ ਹੈ ਡਾਕਟਰ ਲਖਵਿੰਦਰ ਜੌਹਲ। ਬਹੁਤ ਡਰ ਜਿਹਾ ਲੱਗ ਰਿਹਾ ਆਪਣੀ ਕਵਿਤਾ ਬਾਰੇ ਆਪ ਬੋਲਣਾ, ਅਤੇ ਮੈਨੂੰ ਉਸ ਤੋਂ ਵੀ ਵੱਡਾ ਡਰ ਉਦੋਂ ਲੱਗਣ ਲੱਗ ਜਾਂਦਾ ਜਦੋਂ ਆਪਣੀ ਸਿਰਜਣ ਪ੍ਰਕਿਰਿਆ ਨੂੰ ਬਿਆਨ ਕਰਨਾ ਪਵੇ। ਮੈਨੂੰ ਪਤਾ ਨਹੀਂ ਕਿਉਂ ਲੱਗਦਾ ਰਹਿੰਦਾ ਕਿ ਕੋਈ ਵੀ ਲੇਖਕ, ਖਾਸ ਤੌਰ 'ਤੇ ਕਵੀ, ਆਪਣੀ ਸਿਰਜਣ ਪ੍ਰਕਿਰਿਆ ਨੂੰ ਪਰਿਭਾਸ਼ਿਤ ਨਹੀਂ ਕਰ ਸਕਦਾ, ਉਹਨੂੰ ਸ਼ਾਇਦ ਜ਼ੁਬਾਨ ਨਹੀਂ ਦੇ ਸਕਦਾ। ਜਾਂ ਮੈਂ ਇਹ ਕੈਦ ਬਣ ਕੇ, ਮੇਰੇ ਲਈ ਇਹ ਕੰਮ ਸਭ ਤੋਂ ਮੁਸ਼ਕਲ ਹੈ, ਆਪਣੇ ਬਾਰੇ, ਆਪਣੀ ਕਵਿਤਾ ਬਾਰੇ, ਆਪਣੀ ਸਿਰਜਣ ਪ੍ਰਕਿਰਿਆ ਬਾਰੇ ਬੋਲਣਾ, ਗੱਲਾਂ ਕਰਨੀਆਂ। ਗੱਲ ਇਹ ਹੈ ਕਿ ਮੈਂ ਆਪਣੀ ਜ਼ਿੰਦਗੀ 'ਚ ਕਾਫੀ ਕਨਫਿਊਜ਼ਡ ਆਦਮੀ ਹਾਂ, ਬਹੁਤ ਕਨਫਿਊਜ਼ਡ। ਉਹ ਮੈਂ ਇਸ ਕਰਕੇ ਵੀ ਕਹਿੰਦਾ ਕਿ ਮੈਂ ਅਸਲ ਵਿੱਚ ਘਰੋਂ ਐਕਟਿਵਿਸਟ ਬਣਨ ਲਈ ਨਿਕਲਿਆ ਸੀ, ਇਨਕਲਾਬ ਕਰਨ ਲਈ ਨਿਕਲਿਆ ਸੀ, ਲੇਕਿਨ ਮੈਂ ਸਰਕਾਰੀ ਅਧਿਕਾਰੀ ਬਣ ਕੇ ਰਹਿ ਗਿਆ। ਸਭ ਤੋਂ ਵੱਡਾ ਕਨਫਿਊਜ਼ਨ ਮੇਰੀ ਲਾਈਫ ਦਾ ਇਹ ਆ। ਦੂਸਰਾ ਇਹ ਕਿ ਮੈਂ ਇੱਕ ਸਮੇਂ 'ਤੇ ਮੈਨੂੰ ਲੱਗਿਆ ਮੈਂ ਪੱਤਰਕਾਰੀ ਕਰਨ ਲਈ ਨਿਕਲਿਆ ਅਤੇ ਮੈਂ ਕਵੀ ਬਣ ਗਿਆ। ਜਦੋਂ ਮੈਨੂੰ ਲੱਗਿਆ ਮੈਂ ਕਵਿਤਾ ਵੱਲ ਜਾ ਰਿਹਾ ਤਾਂ ਮੈਂ ਆਲੋਚਕ ਬਣ ਗਿਆ, ਅਤੇ ਮੈਂ ਬਹੁਤ ਸਾਰਾ, ਮੈਂ ਪਤਾ ਨਹੀਂ, ਮਤਲਬ ਸੈਂਕੜੇ ਜਿਹੜੇ ਉਹ ਰਿਵਿਊ ਕੀਤੇ ਹੋਣਗੇ ਕਿਤਾਬਾਂ ਦੇ, ਸੈਂਕੜੇ ਜਿਹੜੇ ਆ ਉਹ ਪਰਚੇ ਲਿਖੇ ਹੋਣਗੇ ਗੋਸ਼ਟੀਆਂ ਲਈ, ਅਤੇ ਕਵਿਤਾ ਕਿਤੇ ਪਿੱਛੇ ਰਹਿ ਗਈ ਅਤੇ ਮੈਂ ਕਵੀ ਦੀ ਬਜਾਏ ਸਮੀਖਿਅਕ ਵਜੋਂ, ਆਲੋਚਕ ਵਜੋਂ ਅਸਟੈਬਲਿਸ਼ ਹੋਣਾ ਸ਼ੁਰੂ ਕਰ ਦਿੱਤਾ। ਜਦੋਂ ਕਿ ਮੈਂ ਸਮੀਖਿਅਕ ਵਜੋਂ ਅਸਟੈਬਲਿਸ਼ ਹੋਣਾ ਸ਼ੁਰੂ ਕੀਤਾ, ਮੈਂ ਐਮ ਫਿਲ ਵੀ ਕਰ ਲਈ, ਪੀ ਐੱਚ ਡੀ ਕਰ ਲਈ, ਸੰਰਚਨਾਵਾਦ ਦਾ ਵੀ ਮੇਰੇ 'ਤੇ ਪਰਛਾਵਾਂ ਪੈ ਗਿਆ। ਜਦੋਂ ਉਹ ਚੀਜ਼ ਅਸਟੈਬਲਿਸ਼ ਹੋ ਗਈ ਤਾਂ ਮੈਂ ਮੀਡੀਆ ਕਰਮੀ ਬਣ ਗਿਆ, ਮੀਡੀਆ ਪਰਸਨ ਬਣ ਗਿਆ, ਅਤੇ ਫਿਰ ਮੈਂ ਜਿਹੜਾ ਉਹ ਮੀਡੀਆ ਲਈ ਲਿਖਣਾ ਸ਼ੁਰੂ ਕਰ ਦਿੱਤਾ, ਮੈਂ ਮੀਡੀਆ ਲੇਖਕ ਵੀ ਬਣ ਗਿਆ। ਇਸ ਸਾਰੇ ਕਨਫਿਊਜ਼ਨ 'ਚ ਮੈਨੂੰ ਮੇਰੀ ਵਿਡੰਬਨਾ ਇਹ ਹੈ ਮੇਰੀ ਲਾਈਫ ਦੀ ਕਿ ਮੈਨੂੰ ਕੋਈ ਇਹੋ ਜਿਹਾ ਰਾਵਰ ਜਾਂ ਕੋਈ ਇਹੋ ਜਿਹਾ ਆਲੋਚਕ ਸਮੀਖਿਅਕ ਨਹੀਂ ਮਿਲਿਆ ਜਿਹੜਾ ਮੈਨੂੰ ਦੱਸ ਸਕੇ ਕਿ ਤੂੰ ਅਸਲ ਵਿੱਚ ਕੀ ਆ।
ਅਤੇ ਬੰਦੇ ਨੂੰ ਆਪਣੇ ਆਪ 'ਚ ਪਤਾ ਨਹੀਂ ਲੱਗਦਾ। ਇਹ ਮੇਰੀ ਜਿਹੜੀ ਹੈ ਉਹ ਹਮੇਸ਼ਾ ਹੀ ਪੱਕੀ ਧਾਰਨਾ ਹੈ ਕਿ ਮੈਨੂੰ ਅੱਜ ਤੱਕ ਵੀ ਇਹ ਨਹੀਂ ਪਤਾ ਕਿ ਮੈਂ ਮੀਡੀਆ ਕਰਮੀ ਹਾਂ, ਮੈਂ ਜਰਨਲਿਸਟ ਹਾਂ, ਮੈਂ ਕਵੀ ਹਾਂ, ਮੈਂ ਸਮੀਖਿਅਕ ਹਾਂ, ਐਕਟਿਵਿਸਟ ਹਾਂ ਜਾਂ ਕੁਛ ਹੋਰ ਹਾਂ। ਜਦੋਂ ਕਿਤੇ ਸਮਾਜ ਦੇ ਵਿੱਚ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਮੈਂ ਉਹਦੇ 'ਤੇ ਰਿਐਕਟ ਕਰਦਾ। ਮੈਂ ਸਰਕਾਰੀ ਅਧਿਕਾਰੀ ਹੁੰਦਿਆਂ ਹੋਇਆਂ ਵੀ ਰਿਐਕਟ ਕਰਦਾ। ਮੇਰੀਆਂ ਤੁਸੀਂ ਪੁਰਾਣੀਆਂ ਲਿਖਤਾਂ ਦੇਖ ਲਓ, ਮੇਰੇ ਆਰਟੀਕਲ ਦੇਖ ਲਓ, ਚਾਹੇ ਵੱਖ ਵੱਖ ਅਖਬਾਰਾਂ 'ਚ ਛਪੇ ਹੋਣ, ਚਾਹੇ ਮੈਂ ਪੋਇਟਰੀ 'ਚ ਜਿਹੜਾ ਉਹ ਆਪਣੇ ਵਿਚਾਰਾਂ ਨੂੰ ਪ੍ਰਗਟਾਇਆ ਹੋਵੇ, ਮੈਂ ਹਮੇਸ਼ਾ ਰਿਐਕਟ ਕਰਦਾ। ਜੋ ਮੈਂ ਰਿਐਕਟ ਕਰਦਾ ਉਹਦਾ ਇੱਕ ਸੈੱਟ ਜਿਹਾ ਪੈਟਰਨ ਵੀ ਆ, ਇਹ ਮੈਨੂੰ ਮੰਨਣ 'ਚ ਕੋਈ ਜਿਹੜੀ ਤਕਲੀਫ ਨਹੀਂ ਹੁੰਦੀ ਕਿ ਮੈਂ ਹਮੇਸ਼ਾ ਜਿਹੜਾ ਉਹ ਸਮਾਜ ਦੀ ਬਿਹਤਰੀ ਵਾਸਤੇ ਸੋਚਿਆ ਅਤੇ ਇੱਕ ਖਾਸ ਨਜ਼ਰੀਏ ਤੋਂ ਵੀ ਸੋਚਿਆ, ਜਿਹੜਾ ਨਜ਼ਰੀਆ ਮਾਰਕਸਿਜ਼ਮ ਦਾ ਨਜ਼ਰੀਆ, ਜਿਹੜਾ ਨਜ਼ਰੀਆ ਪ੍ਰਗਤੀਸ਼ੀਲਤਾ ਦਾ ਨਜ਼ਰੀਆ, ਮੈਂ ਉਸ ਨਜ਼ਰੀਏ ਤੋਂ ਹਮੇਸ਼ਾ ਸੋਚਿਆ। ਔਰ ਜਿਨ੍ਹਾਂ ਜਿਨ੍ਹਾਂ ਅਦਾਰਿਆਂ 'ਚ ਮੈਂ ਕੰਮ ਕੀਤਾ ਉਹਨਾਂ ਉਹਨਾਂ ਅਦਾਰਿਆਂ 'ਚ ਮੈਂ ਐਕਟਿਵਿਸਟ ਵੀ ਰਿਹਾ। ਮੈਂ ਜਿਹੜਾ ਦੂਰਦਰਸ਼ਨ ਆਕਾਸ਼ਵਾਣੀ ਦੀ ਜਿਹੜੀ ਇੰਪਲਾਈਜ਼ ਦੀ ਜਥੇਬੰਦੀ ਸੀ ਉਹਦਾ ਮੈਂ ਸਟੇਟ ਸੈਕਟਰੀ ਤੱਕ ਵੀ ਰਿਹਾ, ਨੈਸ਼ਨਲ ਐਗਜੈਕਟਿਵ ਦੀ ਮੈਂਬਰ ਤੱਕ ਵੀ ਮੇਰੀ ਜਿਹੜੀ ਉਹ ਰਸਾਈ ਹੋਈ ਅਤੇ ਮੈਂ ਉਹਨਾਂ ਦੇ ਹੱਕਾਂ ਲਈ ਵੀ ਅੰਦਰ ਦੇ ਤੌਰ 'ਤੇ ਲੜਦਾ ਰਿਹਾ ਔਰ ਆਪਣੀਆਂ ਜਿਹੜੀਆਂ ਉਹ ਸੇਵਾਵਾਂ ਦਿੰਦਾ ਰਿਹਾ। ਹੁਣ ਇਸ ਵੇਲੇ ਜਿਹੜਾ ਉਹ ਮੈਂ ਫਿਰ ਦੁਬਾਰਾ ਪੋਇਟਰੀ ਵੱਲ ਨੂੰ ਕੁਛ ਜ਼ਿਆਦਾ ਰੁਝਾਨ ਮੇਰਾ ਹੋਇਆ ਪਿਆ ਅਤੇ ਪਿਛਲੇ ਕੁਛ ਸਾਲਾਂ ਦੇ ਵਿੱਚ ਕਵਿਤਾ ਦੀਆਂ ਕੁਛ ਕਿਤਾਬਾਂ ਵੀ ਆਈਆਂ ਅਤੇ ਹੁਣ ਮੇਰੀ ਲੇਟੈਸਟ ਕਿਤਾਬ ਜਿਹੜੀ ਹੈ ਬਹਿਸ ਤੋਂ ਬੇਖਬਰ ਉਹ ਵੀ ਪੋਇਟਰੀ ਦੀ ਹੈ। ਹੁਣ ਮੈਂ ਪੋਇਟਰੀ ਦੀ ਜੇ ਗੱਲ ਕਰਾਂ ਤਾਂ ਪੋਇਟਰੀ ਦੇ ਵਿੱਚ ਵੀ ਮੈਂ ਮੇਰੀ ਸਥਿਤੀ ਉਹੀ ਆ ਜੋ ਮੈਂ ਬਾਕੀ ਡਿਸਿਪਲਨਸ ਨਾਲ ਬਾਕੀ ਅਨੁਸ਼ਾਸਨਾਂ ਨਾਲ ਜੋੜ ਕੇ ਗੱਲ ਕਰਦਾ ਉਹੀ ਮੈਂ ਕਵਿਤਾ ਦੇ ਵਿੱਚ ਵੀ ਗੱਲ ਕਰਦਾ। ਮੈਨੂੰ ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਮੈਂ ਗਜ਼ਲਕਾਰ ਹਾਂ, ਮੈਂ ਗੀਤਕਾਰ ਹਾਂ, ਮੈਂ ਦੋਹਾ ਲੇਖਕ ਹਾਂ ਜਾਂ ਮੈਂ ਖੁੱਲ੍ਹੀ ਕਵਿਤਾ ਦਾ ਲੇਖਕ ਹਾਂ। ਮੈਨੂੰ ਇਹ ਨਹੀਂ ਪਤਾ ਮੈਂ ਕਿਸ ਸਿਨਫ ਦੇ ਵਿੱਚ ਜ਼ਿਆਦਾ ਆਪਣੇ ਆਪ ਨੂੰ ਪ੍ਰਗਟਾ ਸਕਦਾ, ਇਹਦੇ ਬਾਰੇ ਮੈਂ ਫੈਸਲਾ ਨਹੀਂ ਕਰ ਪਾਉਂਦਾ। ਜਦੋਂ ਮੈਂ ਗਜ਼ਲ ਲਿਖਦਾ ਮੈਨੂੰ ਲੱਗਦਾ ਕਿ ਮੈਂ ਗਜ਼ਲ 'ਚ ਬਹੁਤ ਵਧੀਆ ਗੱਲ ਕਹਿ ਸਕਦਾ ਅਤੇ ਗਜ਼ਲ 'ਚ ਮੈਂ ਕਦੇ ਵੀ ਅੱਜ ਤੱਕ ਇਹ ਸ਼੍ਰੀ ਰਾਮ ਅਰਸ਼ ਜੀ ਬੈਠੇ ਨੇ ਔਰ ਇਹਨਾਂ ਨਾਲ ਮੈਂ ਬਹੁਤ ਲੰਬੇ ਸਮੇਂ ਤੋਂ ਐਸੋਸੀਏਟ ਰਿਹਾ ਆਪਣੇ ਲਿਖਤ ਦੇ ਮੁੱਢਲੇ ਪੜਾਅ ਤੋਂ ਲੈ ਕੇ। ਮੈਂ ਸਾਧੂ ਸਿੰਘ ਹਮਦਰਦ, ਦੀਪਕ ਜੈਤੋਈ, ਅਮਰਜੀਤ ਸੰਧੂ ਜਿਹੜੇ ਬੰਦੇ ਮਤਲਬ ਗਜ਼ਲ ਦੇ ਵਿੱਚ ਇੱਕ ਲਾ ਮਾਤਰ ਵੀ ਇੱਧਰ ਉੱਧਰ ਨਹੀਂ ਹੋਣ ਦਿੰਦੇ, ਮੈਂ ਉਹਨਾਂ ਦੀ ਸ਼ਾਗਿਰਦੀ ਵੀ ਕੀਤੀ। ਮੈਂ ਡਾਕਟਰ ਸਾਧੂ ਸਿੰਘ ਹਮਦਰਦ ਹੋਰਾਂ ਨਾਲ ਉਹਨਾਂ ਦੀ ਗੱਡੀ 'ਚ ਬੈਠ ਕੇ ਗਜ਼ਲ ਦਰਬਾਰਾਂ 'ਤੇ ਗਜ਼ਲ ਪੜ੍ਹਨ ਜਾਂਦਾ ਰਿਹਾ। ਮੈਂ ਦੀਪਕ ਜਤੋਈ ਹੋਰਾਂ ਦੇ ਕੋਲ ਸਿੱਖਣ ਜਾਂਦਾ ਰਿਹਾ ਕਿ ਕਿਵੇਂ ਜਿਹੜਾ ਉਹ ਬਹਿਰ ਕੀ ਆ, ਇਹਦੇ ਰੁਕਨ ਕੀ ਨੇ, ਜਿਹੜੇ ਹਾਂਜੀ ਉਹ ਸਾਰਾ ਕੁਛ ਮੈਨੂੰ ਪਤਾ ਅਤੇ ਮਤਲਬ ਮੈਂ ਸਿੱਖਿਆ ਅਤੇ ਮੈਂ ਅਮਰਜੀਤ ਸੰਧੂ ਤੋਂ ਗਜ਼ਲਾਂ ਲਿਖਣੀਆਂ ਸਿੱਖਦਾ ਰਿਹਾ। ਮੈਂ ਅਜੇ ਵੀ ਉਹ ਕਾਪੀਆਂ ਸਾਂਭ ਕੇ ਰੱਖੀਆਂ ਹੋਈਆਂ ਆਪਣੇ ਨੋਟਸ ਜਿਹੜੀਆਂ ਮੁੱਢਲੇ ਤੌਰ 'ਤੇ ਮੈਂ ਲਿਖੀਆਂ ਅਤੇ ਉਹਨਾਂ ਨੇ ਸੋਧੀਆਂ, ਉਹਨਾਂ ਨੇ ਆਪਣੇ ਹੱਥ ਨਾਲ ਸੋਧੀਆਂ, ਮੇਰੇ ਕੋਲ ਬਕਾਇਦਾ ਉਹ ਦਸਤਾਵੇਜ਼ ਮੌਜੂਦ ਨੇ। ਲੇਕਿਨ ਹੌਲੀ ਹੌਲੀ ਮੈਂ ਗਜ਼ਲ ਤੋਂ ਕਿਨਾਰਾ ਕਰ ਗਿਆ
ਕਿਉਂ ਕਰ ਗਿਆ ਇਹ ਮੈਨੂੰ ਪਤਾ ਨਹੀਂ ਹੈ, ਪਰ ਮੈਂ ਜਿਹੜੀ ਹੁਣ ਤੱਕ ਆਪਣੀ ਆਖਰੀ ਰਚਨਾ ਲਿਖੀ ਹੈ ਉਹ ਵੀ ਗਜ਼ਲ ਹੈ। ਇਸ ਵੇਲੇ ਜਿਹਨੂੰ ਮੈਂ ਕਹਾਂ ਕਿ ਮੇਰੀ ਤਾਜ਼ਾ ਰਚਨਾ ਕਿਹੜੀ ਆ ਜਿਹੜੀ ਮੈਂ ਤੁਹਾਨੂੰ ਸੁਣਾ ਸਕਾਂ, ਅਤੇ ਉਹ ਵੀ ਗਜ਼ਲ ਹੈ ਜਿਹੜੀ ਬਿਲਕੁਲ ਲੇਟੈਸਟ ਹੈ। ਨਹੀਂ ਉਹ ਇਸ ਕਰਕੇ ਕਿ ਸਵਾਲ ਹੋਣ, ਦੇਖੋ ਜੇ ਮੈਂ ਕਨਫਿਊਜ਼ ਨਾ ਹੋਵਾਂ ਤਾਂ ਮੈਂ ਇੱਕ ਰਾਸਤਾ ਪਕੜ ਲਵਾਂ, ਫਿਰ ਮੇਰੇ 'ਚ ਭਟਕਣਾ ਨਾ ਆਵੇ। ਮਤਲਬ ਮੈਂ ਕਹਿੰਦਾ ਕਿ ਜਦੋਂ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਭਟਕਦੇ ਹੋ ਤਾਂ ਇਸਦਾ ਮਤਲਬ ਹੈ ਤੁਸੀਂ ਕਨਫਿਊਜ਼ ਹੋ। ਸਵਾਲ ਤੁਹਾਡਾ ਠੀਕ ਹੈ, ਹੋਣਾ ਨਹੀਂ ਚਾਹੀਦਾ। ਮੈਂ ਇਸ ਤੋਂ ਅੱਗੇ ਸ਼ਾਇਦ ਮੈਨੂੰ ਨਹੀਂ ਕਹਿਣਾ ਚਾਹੀਦਾ, ਲੇਕਿਨ ਹੁੰਦੇ ਆ, ਕੌਣ ਹੁੰਦੇ ਆ ਕਿਉਂਕਿ ਮੈਂ ਇਹ ਨਹੀਂ ਦੱਸ ਸਕਦਾ, ਇਸ ਕਰਕੇ ਮੈਂ ਇਹ ਜਵਾਬ ਸਪਸ਼ਟ ਰੂਪ ਵਿੱਚ ਨਹੀਂ ਦੇ ਸਕਦਾ ਕਿ ਕੌਣ ਹੁੰਦੇ ਆ, ਲੇਕਿਨ ਹੁੰਦੇ ਆ। ਜੇ ਮੈਂ ਦੂਸਰੇ ਤਰੀਕੇ ਨਾਲ ਕਹਿ ਦਵਾਂ ਕਿ ਜੇ ਤੁਸੀਂ ਰਾਈਟਰ ਨੂੰ ਪਾਸੇ ਛੱਡ ਦਿਓ, ਅਨੂਪਮ ਖੇਰ ਜੋ ਇਸ ਵੇਲੇ ਕਰ ਰਿਹਾ ਉਹ ਪ੍ਰਗਤੀਸ਼ੀਲਤਾ ਨਹੀਂ ਹੈਗੀ। ਮੈਂ ਕਿਹਾ ਨਾ, ਮੈਂ ਰਾਈਟਰਸ ਨੂੰ ਇੱਕ ਪਾਸੇ ਛੱਡ ਦਿਆ, ਮੈਂ ਪੂਰੀ ਮਤਲਬ ਹੋਸ਼ੋ ਹਵਾਸ ਨਾਲ ਇਹ ਬਿਆਨ ਦਿੱਤਾ ਕਿ ਜੇ ਮੈਂ ਰਾਈਟਰਸ ਨੂੰ ਪਾਸੇ ਛੱਡ ਦੇਵਾਂ ਤਾਂ ਅਨੂਪਮ ਖੇਰ ਜੋ ਇਸ ਵੇਲੇ ਕਰ ਰਿਹਾ ਉਹ ਪ੍ਰਗਤੀਸ਼ੀਲਤਾ ਨਹੀਂ ਹੈਗੀ। ਹੁਣ ਮੈਂ ਇੱਕ ਗਜ਼ਲ ਸੁਣਾ ਦਿੰਦਾ, ਉਸ ਤੋਂ ਬਾਅਦ ਨਹੀਂ ਇੱਕ ਗਜ਼ਲ ਸੁਣ ਲਓ, ਫਿਰ ਉਹ ਤੋਂ ਅੱਗੇ ਸਵਾਲ। ਹਾਂ ਇਹ ਲੇਟੈਸਟ ਗਜ਼ਲ ਹੈ, ਉਸ ਤੋਂ ਬਾਅਦ ਮੈਂ ਕਵਿਤਾ ਸੁਣਾਊਂਗਾ, ਕਿਉਂਕਿ ਅਨੂਪਮ ਖੇਰ ਦਾ ਜ਼ਿਕਰ ਆ ਗਿਆ, ਮੈਂ ਇਸ ਕਰਕੇ ਗਜ਼ਲ ਸੁਣਾਉਣੀ ਚਾਹੁੰਦਾ। ਉਹ ਹੈ ਕਿ ਮੇਰੇ ਉੱਤੇ ਨਹੀਂ, ਇਸ ਤੋਂ ਬਾਅਦ ਸਵਾਲਾਂ ਨੂੰ ਵੈਲਕਮ ਹੈ, ਮੈਂ ਇਹ ਨਹੀਂ ਕਿਹਾ ਸਵਾਲ ਨਹੀਂ ਕਰਨਾ, ਮੈਂ ਕਿਹਾ ਇਸ ਤੋਂ ਬਾਅਦ ਕਰਨਾ। ਮੇਰੇ ਉੱਤੇ ਤੇਰੀ ਦਇਆ ਇਸ ਤਰ੍ਹਾਂ ਅਹਿਸਾਨ ਕਰਦੀ ਹੈ, ਇਹ ਅੱਖਾਂ ਨੋਚ ਲੈਂਦੀ ਹੈ ਅਤੇ ਐਨਕ ਦਾਨ ਕਰਦੀ ਹੈ। ਮੇਰੇ ਉੱਤੇ ਤੇਰੀ ਦਇਆ ਇਸ ਤਰ੍ਹਾਂ ਅਹਿਸਾਨ ਕਰਦੀ ਹੈ, ਇਹ ਅੱਖਾਂ ਨੋਚ ਲੈਂਦੀ ਹੈ ਅਤੇ ਐਨਕ ਦਾਨ ਕਰਦੀ ਹੈ। ਹਵਾ ਨੂੰ ਹੁਕਮ ਹੋਇਆ ਹੈ ਕਿ ਤੇਥੋਂ ਪੁੱਛ ਕੇ ਚੱਲੇ, ਹਵਾ ਨੂੰ ਹੁਕਮ ਹੋਇਆ ਹੈ ਕਿ ਤੇਥੋਂ ਪੁੱਛ ਕੇ ਚੱਲੇ, ਇਹ ਕਿਹੀ ਲੋਕ ਸ਼ਾਹੀ ਹੈ, ਕਿਹੇ ਫਰਮਾਨ ਕਰਦੀ ਹੈ। ਇਹ ਐਵੇਂ ਪਰਮ ਹੈ ਤੇਰਾ, ਤੂੰ ਜੀਭਾਂ ਟੁੱਕ ਦੇਵੇਂਗਾ। ਇਹ ਐਵੇਂ ਪਰਮ ਹੈ ਤੇਰਾ, ਤੂੰ ਜੀਭਾਂ ਟੁੱਕ ਦੇਵੇਂਗਾ। ਸੁਗੰਧੀ ਵੀ ਕਦੇ ਖਾਰਾਂ ਦੇ ਪੈ ਪ੍ਰਵਾਨ ਕਰਦੀ ਹੈ, ਸੁਗੰਧੀ ਵੀ ਕਦੇ ਖਾਰਾਂ ਦੇ ਪੈ ਪ੍ਰਵਾਨ ਕਰਦੀ ਹੈ। ਕਦੇ ਅਥਰੂ ਕਦੇ ਸ਼ਬਨਮ, ਕਦੇ ਧੜਕਣ ਕਦੇ ਭਟਕਣ। ਕਦੇ ਅਥਰੂ ਕਦੇ ਸ਼ਬਨਮ
ਕਦੇ ਧੜਕਣ ਕਦੇ ਭਟਕਣ ਕਦੇ ਬਣ ਕੇ ਲਾਚਾਰੀ ਬੇਖੁਦੀ ਬੇਜਾਨ ਕਰਦੀ ਹੈ। ਮੈਂ ਮੰਨਦਾ ਹਾਂ ਨਾ ਟਿਕ ਪਾਏ ਨਾ ਟਿਕ ਪਾਊ ਹਨੇਰਾ ਦੇਰ ਤੀਕਰ ਇਹ ਮੈਂ ਮੰਨਦਾ ਹਾਂ ਨਾ ਟਿਕ ਪਾਊ ਹਨੇਰਾ ਦੇਰ ਤੀਕਰ ਇਹ ਹਨੇਰੀ ਥੰਮ ਜਾਏਗੀ ਜੋ ਬੀਆ ਬਾਨ ਕਰਦੀ ਹੈ ਹਨੇਰੀ ਥੰਮ ਜਾਏਗੀ ਜੋ ਬੀਆ ਬਾਨ ਕਰਦੀ ਹੈ ਜ਼ਹਿਰ ਪੀ ਕੇ ਜ਼ਮਾਨੇ ਦਾ ਜ਼ਮਾਨਾ ਤਾਰ ਦੇਵੇ ਜੋ ਜ਼ਹਿਰ ਪੀ ਕੇ ਜ਼ਮਾਨੇ ਦਾ ਜ਼ਮਾਨਾ ਤਾਰ ਦੇਵੇ ਜੋ ਮਸੀਹਾ ਉਸ ਨੂੰ ਦੁਨੀਆ ਸਦਾ ਪ੍ਰਵਾਨ ਕਰਦੀ ਹੈ। ਅਤੇ ਆਖਰੀ ਸ਼ੇਰ ਹੈ ਕਦੇ ਨਾਜ਼ੀ ਕਦੇ ਭਗਵਾਂ ਕਦੇ ਨਾਜ਼ੀ ਕਦੇ ਭਗਵਾਂ ਕਦੇ ਬੁਰਕਾ ਤਰੱਕੀ ਦਾ ਕਦੇ ਨਾਜ਼ੀ ਕਦੇ ਭਗਵਾਂ ਕਦੇ ਬੁਰਕਾ ਤਰੱਕੀ ਦਾ ਕਦੇ ਹਿਟਲਰ ਜੋ ਕਰਦਾ ਸੀ ਉਹੀ ਸੰਤਾਨ ਕਰਦੀ ਹੈ ਕਦੇ ਹਿਟਲਰ ਜੋ ਕਰਦਾ ਸੀ। ਹੁਣ ਸਵਾਲ ਅੱਛਾ ਤੁਸੀਂ ਨਾ ਕਾਫੀ ਵਿਧਾਵਾਂ ਦਾ ਜ਼ਿਕਰ ਕੀਤਾ, ਸਾਨੂੰ ਵੀ ਪਤਾ ਹੈ ਤੁਸੀਂ ਗਜ਼ਲ ਤੋਂ ਕਵਿਤਾ ਵੱਲ ਆਏ, ਕਵਿਤਾ ਤੋਂ ਆਲੋਚਨਾ ਵੱਲ ਆਏ, ਆਲੋਚਨਾ ਤੋਂ ਪੱਤਰਕਾਰੀ ਵੱਲ ਆਏ, ਐਕਟਿਵਿਸਟ ਦੇ। ਪਰ ਇਸ ਸਭ ਕਾਸੇ ਦੇ ਵਿੱਚ ਤੁਸੀਂ ਉਹ ਇੱਕ ਉਹ ਜ਼ਿਕਰ ਨਹੀਂ ਕੀਤਾ ਹੈਗਾ ਕਿ ਜਦੋਂ ਤੁਸੀਂ ਪ੍ਰਭਾਤ ਸਟੂਡੀਓ ਦੇ ਸਾਹਮਣੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਹੋਸਟਲ 'ਚ ਰਹਿੰਦੇ ਹੋਏ ਸੀ, ਉਹ ਵਿਧਾ ਕਿਸ ਪਾਸੇ ਰਹਿ ਗਈ, ਤੁਸੀਂ ਕੀ ਸੁਪਨਾ ਸਿਰਜ ਕੇ ਉੱਥੇ ਗਏ ਸੀ ਅਤੇ ਉਹ ਕਿਉਂ ਨਹੀਂ ਉਹਨੂੰ ਪੂਰਨ ਰੂਪ ਕਿਉਂ ਨਹੀਂ ਦਿੱਤਾ? ਦੇਖੋ ਮੈਂ ਕਹਿ ਤਾਂ ਦਿੱਤਾ ਕਿ ਫਿਰ ਮੈਂ ਮੀਡੀਆ ਪਰਸਨ ਬਣ ਗਿਆ ਅਤੇ ਮੀਡੀਆ ਪਰਸਨ ਦੇ ਵਿੱਚ ਇਹ ਹੈ ਕਿ ਉਹ ਮੇਰੀ ਅਸਲ ਵਿੱਚ ਤਾਂ ਆਫੀਸ਼ੀਅਲ ਟ੍ਰੇਨਿੰਗ ਸੀ FDI ਪੁਣੇ ਦੀ ਅਤੇ ਉਸ ਆਫੀਸ਼ੀਅਲ ਟ੍ਰੇਨਿੰਗ ਦੇ ਵਿੱਚ ਵੀ ਦੂਰਦਰਸ਼ਨ 'ਚ ਜਦੋਂ ਕੋਈ ਬੰਦਾ ਆਉਂਦਾ ਅਤੇ ਉਹਨੂੰ ਪੁਣੇ ਭੇਜ ਦਿੱਤਾ ਜਾਂਦਾ ਕਿ ਚਲੋ ਪਹਿਲਾਂ ਸਿਖਾਓ। ਉੱਥੇ ਵੀ ਮੇਰੀ ਵਿਡੰਬਨਾ ਇਹ ਸੀ ਕਿ ਮੈਂ ਪਹਿਲਾਂ 5-7 ਸਾਲ ਦੂਰਦਰਸ਼ਨ 'ਚ ਲਾ ਬੈਠਿਆ ਸੀ, ਮੇਰੀ ਵਾਰੀ ਉਦੋਂ ਆਈ ਕਿ ਚਲੋ ਹੁਣ ਟ੍ਰੇਨਿੰਗ ਲਾਇਓ। ਅਤੇ ਉਹਦਾ ਮੈਨੂੰ ਫਾਇਦਾ ਵੀ ਇਹ ਹੋਇਆ ਕਿ ਜਿਹੜਾ ਕੰਮ ਮੈਂ ਪ੍ਰੈਕਟੀਕਲੀ ਕਰ ਰਿਹਾ ਸੀਗਾ, ਮੈਂ ਮਤਲਬ ਪ੍ਰੈਕਟਿਸ ਪਹਿਲਾਂ ਕੀਤੀ ਅਤੇ ਥਿਊਰੀ ਬਾਅਦ ਵਿੱਚ ਪੜ੍ਹੀ। ਉਹਦੇ 'ਚ ਇਹ ਹੋਇਆ ਕਿ ਮੈਂ ਜਿਹੜੀ ਉਸ ਵੇਲੇ ਦੇ ਉੱਥੇ ਜਿਹੜੇ ਸਾਡੇ ਇੰਸਟਰਕਟਰ ਸੀਗੇ, ਇਫਤਖਾਰ ਸੀ ਉਸ ਵੇਲੇ ਡਾਇਰੈਕਟਰ, ਉਸ ਵੇਲੇ ਓਵਰਆਲ ਜਿਹੜੀ ਆਪਣੀ FDI ਆ ਟੈਲੀਵਿਜ਼ਨ ਵਾਲੇ ਪੋਸਟਰ ਦਾ ਇਫਤਖਾਰ ਸੀ, ਇਫਤਖਾਰ ਅਹਿਮਦ, ਅਤੇ ਓਵਰਆਲ FDI ਦੇ ਉਸ ਵੇਲੇ ਦੇ ਇੰਚਾਰਜ ਜਿਹੜੇ ਉਹ ਵਿਨੋਦ ਖੰਨਾ ਜੀ ਸਨ। ਅਤੇ ਉਹ ਦੌਰ ਵਾਜਪੇਈ ਸਾਹਿਬ ਦਾ ਦੌਰ ਸੀਗਾ, ਉਸ ਵੇਲੇ ਉਹ ਪ੍ਰਾਈਮ ਮਿਨਿਸਟਰ ਸੀ ਅਤੇ ਵਿਨੋਦ ਖੰਨਾ FDI ਦੇ ਡਾਇਰੈਕਟਰ ਸੀ, ਅਤੇ ਜਿੱਥੇ ਹੁਣ ਉਹਨੂੰ ਲਗਾਇਆ ਆਪਣੇ ਚੌਹਾਨ ਸਾਹਿਬ ਨੂੰ ਉਸ ਪੋਸਟ 'ਤੇ, ਉਹ ਸੀਗੇ ਗਜਿੰਦਰ। ਅਤੇ ਉਹ ਸਮਾਂ ਇਹ ਸੀ ਕਿ ਉੱਥੇ ਮੈਂ ਮਤਲਬ ਐਕਸਪੈਰੀਮੈਂਟਲ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ। ਉੱਥੇ ਪ੍ਰਭਾਤ ਸਟੂਡੀਓ 'ਚ ਤਾਂ ਰੋਜ਼ ਜਾਂਦੇ ਸੀਗੇ, ਕਲਾਸਿਕ ਫਿਲਮਾਂ ਵੀ ਦੇਖਦੇ ਸੀ, ਉਹਨਾਂ 'ਤੇ ਡਿਸਕਸ਼ਨਸ ਵੀ ਹੁੰਦੀਆਂ ਸੀ, ਉਸ ਤੋਂ ਬਿਨਾਂ ਆਪਣੀਆਂ ਪ੍ਰੋਡਕਸ਼ਨਸ ਵੀ ਕਰਦੇ ਸੀ, ਐਕਸਰਸਾਈਜ਼ ਪ੍ਰੋਡਕਸ਼ਨ ਜਿਹਨੂੰ ਕਹਿੰਦੇ ਹਾਂ। ਅਤੇ ਉੱਥੇ ਮੈਂ ਦੋ ਚੀਜ਼ਾਂ ਜਿਹੜੀਆਂ ਨਾ ਉਹ ਬਹੁਤ ਸ਼ਿੱਦਤ ਨਾਲ ਬਣਾਈਆਂ ਸੀਗੀਆਂ, ਮੈਂ ਵੈਸੇ ਤੁਹਾਨੂੰ ਦੱਸ ਰਿਹਾ। ਇੱਕ ਤਾਂ ਜਿਹੜਾ ਬਾਹਰ ਵਾਲਾ ਬੋਆਇਜ਼ ਹੋਸਟਲ ਹੈ, ਮਤਲਬ ਮੈਨਜ਼ ਹੋਸਟਲ ਕਹਿ ਲਓ ਉਹਨੂੰ, ਉਹਦੇ 'ਤੇ ਮੈਂ ਡਾਕੂਮੈਂਟਰੀ ਬਣਾਈ ਸੀ ਕਿ ਮੈਂ ਹੋਸਟਲ ਬੋਲ ਰਿਹਾ, ਅਤੇ ਉਹ ਫਸਟ ਪਰਸਨ ਵਿੱਚ ਲੈ ਕੇ ਕਿ ਮੈਂ ਹੋਸਟਲ ਹਾਂ ਅਤੇ ਮੇਰੇ 'ਚ ਇਸ ਇਸ ਤਰ੍ਹਾਂ ਹੁਣ ਤੱਕ ਆਹ ਲੋਕ ਆਏ ਨੇ ਜਿੰਨੇ ਵੀ ਉੱਥੇ ਰਹੇ ਸੀਗੇ ਕਮਰਿਆਂ 'ਚ। ਅਤੇ ਕਮਰਿਆਂ 'ਚ ਰੋਜ਼ ਕੀ ਹੁੰਦਾ, ਉਹ ਸਿਰਫ ਮੈਂ ਖਾਲੀ ਕਮਰੇ ਦਿਖਾ ਕੇ ਆਡੀਓ ਇਫੈਕਟਸ ਨਾਲ ਉਹ ਚੀਜ਼ਾਂ ਕ੍ਰੀਏਟ ਕੀਤੀਆਂ ਸੀ। ਕੋਈ ਬੇਸ਼ੱਕ ਉਹ ਸ਼ਾਮ ਦੀ ਪਾਰਟੀ ਚੱਲਦੀ ਹੈ, ਉਹਦੇ ਵਿੱਚ ਵੀ ਜਿਹੜੀ ਆ ਉਹ ਗਲਾਸਾਂ ਦੀ ਖੜਖੜਾਹਟ, ਦਾਰੂ ਦਾ ਡਿੱਗਣਾ ਅਤੇ ਜਿਹੜੀ ਉਹ ਮਤਲਬ ਚਿਪਸ ਦਾ ਚੱਬੇ ਜਾਣਾ, ਇਹ ਸਾਰਾ ਕੁਛ ਮੈਂ ਜਿਹੜਾ ਨਾ ਉਹ ਆਡੀਓ ਮਤਲਬ ਇਫੈਕਟਸ ਨਾਲ ਕ੍ਰੀਏਟ ਕਰਕੇ ਅਤੇ ਨਾਲ ਆਪਣੀ ਆਪਣੀ ਆਵਾਜ਼ ਵਿੱਚ ਇੱਕ
ਡਾਕੂਮੈਂਟਰੀ ਕਰਕੇ, ਜਿਹੜੀ ਡਾਕੂਮੈਂਟਰੀ ਬਹੁਤ ਜ਼ਿਆਦਾ ਸਲਾਈ ਗਈ ਉੱਥੇ, ਉਹਨਾਂ ਦੇ ਰਿਕਾਰਡ ਵਿੱਚ ਅਜੇ ਵੀ ਪਈ ਹੈ, ਜਿਹਦੇ 'ਤੇ ਕਾਫੀ ਡਿਸਕਸ਼ਨ ਹੋਈ। ਇਸ ਤੋਂ ਬਿਨਾਂ ਮੈਂ ਇੱਕ ਹੋਰ ਐਕਸਪੈਰੀਮੈਂਟ ਕੀਤਾ ਸੀ, ਕਰਵੇ ਰੋਡ ਹੈ ਸਾਹਮਣੇ ਜਿਹੜਾ, ਉਹ ਜਿੱਥੋਂ ਜਾਂਦੀ ਉਹ ਲਾਅ ਕਾਲਜ ਤੱਕ ਚਲੇ ਜਾਂਦੀ ਆ ਇੱਧਰਲੇ ਚੌਂਕ ਤੋਂ ਸ਼ੁਰੂ ਹੋ ਕੇ, ਮੈਂ ਉਹਦੇ 'ਤੇ ਇੱਕ ਕੈਮਰਾ ਵਾਕ, ਉਹਨੂੰ ਮੈਂ ਕੈਮਰਾ ਵਾਕ ਔਨ ਕਰਵੇ ਰੋਡ, ਉਹ ਕੈਮਰਾ ਲੈ ਕੇ ਮੈਂ ਉਹਨਾਂ ਇੱਕ ਡੇਢ ਕਿਲੋਮੀਟਰ ਚੱਲ ਪਿਆ, ਅਤੇ ਜੋ ਜੋ ਰਾਸਤੇ 'ਚ ਆਇਆ ਉਹਨੂੰ ਮੈਂ ਕਮੈਂਟਰੀ ਨਾਲ ਐਕਸਪਲੇਨ ਕੀਤਾ। ਉਹ ਆਪਣੇ ਆਪ 'ਚ ਬਹੁਤ ਜ਼ਬਰਦਸਤ ਐਕਸਪੈਰੀਮੈਂਟ ਸੀ, ਜਿਹਨੂੰ ਮੈਂ ਮੁੜ ਕੇ ਬਹੁਤ ਵਾਰੀ ਸੋਚਦਾ ਕਿ ਮੈਂ ਕੁਛ ਹਿਸਟੋਰੀਕਲ ਥਾਵਾਂ ਦੇ ਉੱਤੇ ਇਸੇ ਤਰ੍ਹਾਂ ਕੈਮਰਾ ਵਾਕ ਜਿਹੜੀ ਉਹ ਰਿਕਾਰਡ ਕਰਾਂ, ਕਿ ਕੈਮਰਾ ਤੁਰ ਰਿਹਾ ਅਤੇ ਉਹਦੇ ਪਿੱਛੇ ਜਿਹੜਾ ਉਹ ਤੁਹਾਡੀ ਕਮੈਂਟਰੀ ਬੋਲ ਰਹੀ ਆ, ਅਤੇ ਕਿਤੇ ਉਹਦੇ 'ਚ ਕੱਟ ਨਹੀਂ ਲਗਾਇਆ ਸੀਗਾ, ਕੈਮਰਾ ਚੱਲੀ ਗਿਆ ਬੋਲੀ ਗਿਆ ਚੱਲੀ ਗਿਆ ਇੱਕ ਡੇਢ ਕਿਲੋਮੀਟਰ 'ਚ, ਉਹਨੇ ਇੱਕ ਮਿੰਟਾਂ ਦੇ ਵਿੱਚ ਜਿਹੜਾ ਉਹ 12-13 ਮਿੰਟਾਂ ਦੇ ਵਿੱਚ ਅਸੀਂ ਉਹਨੀ ਉਹ ਲੈ ਗਏ ਅਤੇ ਇੱਥੇ ਆ ਇੱਥੇ ਆ। ਮਤਲਬ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਜ਼ਿੰਦਗੀ 'ਚ ਬਹੁਤ ਸਾਰੇ ਕੀਤੇ, ਲੇਕਿਨ ਇਹ ਐਕਸਪੈਰੀਮੈਂਟ ਮੈਂ ਦੁਬਾਰਾ ਨਹੀਂ ਕੀਤਾ, ਜਿਹੜਾ ਅਜੇ ਵੀ ਮੇਰੀ ਤਮੰਨਾ ਹੈ ਕਿ ਮੈਂ ਕਿਸੇ ਹਿਸਟੋਰੀਕਲ ਪਲੇਸ 'ਤੇ ਕਰੂੰਗਾ। ਇਸ ਤੋਂ ਬਿਨਾਂ ਦੂਰਦਰਸ਼ਨ 'ਤੇ ਪੂਰੀ ਸ਼ਿੱਦਤ ਨਾਲ ਕੰਮ ਕੀਤਾ, ਜ਼ਿਆਦਾ ਲਿਟਰੇਰੀ ਪ੍ਰੋਗਰਾਮ ਘੱਟ, ਬਹੁਤ ਘੱਟ ਸਮਾਂ ਮੈਂ ਕੀਤੇ, ਹੋਰ ਲੋਕ ਕਰਦੇ ਰਹੇ ਉੱਥੇ, ਲੇਕਿਨ ਮੈਂ ਲਿਟਰੇਚਰ ਅਤੇ ਪੰਜਾਬ ਦੇ ਕਲਚਰ ਨਾਲ ਸੰਬੰਧਿਤ ਬਹੁਤ ਕੁਛ ਜਿਹੜਾ ਉਹ ਦੂਰਦਰਸ਼ਨ 'ਚ ਕੀਤਾ। ਉਹਦੇ ਵਿੱਚ ਖਾਸ ਤੌਰ 'ਤੇ ਗੋਲਡਨ ਟੈਂਪਲ 'ਤੇ ਬਣਾਈ ਹੋਈ ਮੇਰੀ ਡਾਕੂਮੈਂਟਰੀ ਹੈ, ਜਿਹੜੀ ਮੈਂ 89 'ਚ ਬਣਾਈ ਸੀ, 400 ਸਾਲਾ ਜਿਹੜਾ ਫਾਊਂਡੇਸ਼ਨ ਡੇ 'ਤੇ, 1599 'ਚ ਦੂਰਦਰਸ਼ਨ ਇਹਦਾ ਗੋਲਡਨ ਟੈਂਪਲ ਦਾ ਫਾਊਂਡੇਸ਼ਨ ਡੇ ਸੀ, ਅਤੇ ਉਸ ਤੋਂ ਬਾਅਦ ਜਿਹੜਾ 1999 ਦੇ ਵਿੱਚ 400 ਸਾਲਾਂ 'ਤੇ ਮੈਂ ਬਣਾਈ, ਜਿਹੜੀ ਬਾਅਦ 'ਚ ਦੂਰਦਰਸ਼ਨ ਨੇ ਜਿਹੜਾ ਉਹ ਵਾਇਸ ਆਫ ਅਮੈਰੀਕਾ ਨੂੰ ਵੇਚੀ ਵੀ ਮੇਰੀ ਡਾਕੂਮੈਂਟਰੀ, ਉਹਦੇ 'ਤੇ ਪੈਸੇ ਕਵਾਏ ਦੂਰਦਰਸ਼ਨ ਨੇ। ਇਸੇ ਤਰ੍ਹਾਂ ਇੱਕ ਡਾਕੂਮੈਂਟਰੀ ਮੈਂ ਸ਼ਹੀਦ ਭਗਤ ਸਿੰਘ 'ਤੇ ਹਿੰਦੀ 'ਚ ਬਣਾਈ, ਅਗਨੀ ਦੀਕਸ਼ਾ, ਜਿਹਦੀ ਸਕ੍ਰਿਪਟ ਉੱਪਰ ਆਪਣੇ ਡਾਕਟਰ ਹਰਭਜਨ ਸਿੰਘ ਦੇ ਜਿਹੜੇ ਬੇਟੇ ਨੇ ਮਦਨ ਗੋਪਾਲ ਸਿੰਘ, ਉਹਨਾਂ ਨੇ ਲਿਖੀ ਸੀ ਹਿੰਦੀ 'ਚ ਅਗਨੀ ਦੀਕਸ਼ਾ, ਬਹੁਤ ਹੀ ਬੋਲਡ ਡਾਕੂਮੈਂਟਰੀ ਸੀ। ਉਦੋਂ ਭਾਸਕਰ ਗੋਸ ਸੀਗੇ ਡੀ ਜੀ ਦੂਰਦਰਸ਼ਨ, ਉਹ ਉਸ ਵੇਲੇ ਜਲੰਧਰ ਆਏ ਵੀ, ਉਹਨਾਂ ਨੇ ਕਾਫੀ ਸਲਾਹੀ ਵੀ, ਔਰ ਉਹ ਡਾਕੂਮੈਂਟਰੀ ਵੀ ਬਾਅਦ 'ਚ ਜਿਹੜੀ ਸਾਰਕ ਦੇਸ਼ਾਂ ਦੀ ਪ੍ਰੋਗਰਾਮ ਐਕਸਚੇਂਜ ਹੁੰਦਾ ਆਪਸ ਵਿੱਚ ਇਹਨਾਂ ਦਾ 7 ਦੇਸ਼ਾਂ ਦਾ, ਉਹਦੇ 'ਚ ਜਿਹੜੀ ਹੈ ਉਹ ਲਾਹੌਰ ਟੀ ਵੀ ਨੂੰ ਵੇਚੀ ਗਈ, ਔਰ ਲਾਹੌਰ ਟੀ ਵੀ ਤੋਂ ਵੀ ਉਹ ਪ੍ਰਸਾਰਿਤ ਹੋਈ, ਟੈਲੀਕਾਸਟ ਹੋਈ ਹਿੰਦੀ ਵਿੱਚ ਸੀਗੀ। ਮਤਲਬ ਇੱਦਾਂ ਦੇ ਕੁਛ ਕੰਮ ਨੇ। ਫਿਰ ਜਿਹਦੇ 'ਤੇ ਮੈਨੂੰ ਨੈਸ਼ਨਲ ਅਵਾਰਡ ਮਿਲਿਆ ਉਹ ਸੀ ਹੋਲੀ ਵਾਰ ਅਗੇਂਸਟ ਪੋਲਿਊਸ਼ਨ, ਇੱਕ ਡਾਕੂਮੈਂਟਰੀ ਮੈਂ ਬਣਾਈ ਸੀ ਬਾਬਾ ਸੀਚੇਵਾਲ ਦੇ ਮਾਡਲ 'ਤੇ, ਕਿ ਸਮਾਜ ਸੇਵਾ ਦਾ ਕਿ ਇਹ ਵੀ ਮਾਡਲ ਹੋ ਸਕਦਾ, ਉਹਨਾਂ ਨੂੰ ਬੇਸ ਬਣਾ ਕੇ ਮੈਂ ਇੱਕ ਡਾਕੂਮੈਂਟਰੀ ਬਣਾਈ, ਜਿਹਦੇ 'ਤੇ ਮੈਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਔਨ ਡਾਕੂਮੈਂਟਰੀ 2007 ਦੇ ਵਿੱਚ। ਮਤਲਬ ਇੱਦਾਂ ਦੇ ਥੋੜ੍ਹੇ ਕੰਮ ਨੇ। ਮੈਂ ਤੇ ਉਹਦੀ ਪਹਿਲੀ ਵਾਰੀ ਇੱਕ ਗੱਲ ਵਾ, ਦੂਜਾ ਸਵਾਲ ਆ, ਜਿੱਦਾਂ ਤੁਸੀਂ ਕਹਿ ਰਹੇ ਸੀ ਮੈਂ ਕਨਫਿਊਜ਼ ਬਹੁਤ ਜ਼ਿਆਦਾ, ਪਰ ਮੈਂ ਕਹਿੰਦਾ ਤੁਸੀਂ ਇੰਨੇ ਜ਼ਿਆਦਾ ਜਿੱਦਾਂ ਤੁਸੀਂ ਕਹਿ ਰਹੇ ਸੀ ਬਹੁਤ ਜ਼ਿਆਦਾ ਕ੍ਰੀਏਟਿਵ ਹੋ, ਮਤਲਬ ਸਿਰਜਣਾ ਦੇ ਨਾਲ ਭਰੇ ਪਏ, ਵੱਖ ਵੱਖ ਤੁਸੀਂ ਐਕਸਪੈਰੀਮੈਂਟ ਕੀਤੇ, ਮਤਲਬ ਜਿਹਨੂੰ ਤੁਸੀਂ ਕਨਫਿਊਜ਼ ਕਹਿ ਰਹੇ ਮੈਂ ਸਮਝਦਾ ਵਾਂ ਕਿ ਇਹ ਮਤਲਬ ਤੁਹਾਡੇ ਅੰਦਰ ਇਹ ਵੀ ਜ਼ਿੰਦਗੀ ਦੀ ਇੱਕ ਸ਼ੇਡ ਆ, ਮਤਲਬ ਕਨਫਿਊਜ਼ ਵਾਲੀ ਜਿਹੜੀ ਗੱਲ, ਪਰ ਅੰਦਰ ਕਿਤੇ ਤੁਹਾਡੇ ਗੱਲ ਬੈਠੀ ਹੋਈ ਸੀ ਅੱਗੇ ਵਧਣ ਦੀ, ਕੰਮ ਕਰਨਾ ਵੱਖਰਾ ਕਰਨਾ ਦੁਕਾਨ ਕਰਨਾ, ਅਤੇ ਅੱਜ ਤੱਕ ਹੋਈ ਹੈ ਜਿਹੜੇ ਕਨਫਿਊਜ਼ ਤੁਸੀਂ ਕਹਿ ਉਹਦੀ ਗੱਲ ਕਰ ਰਹੇ ਵੀ ਮੈਨੂੰ ਸਮਝ, ਮਤਲਬ ਕਿਤੇ ਰਿਸ਼ਤਿਆਂ ਵਿੱਚ ਤਾਂ ਨਹੀਂ ਹੁੰਦਾ, ਘਰ ਵਿੱਚ ਤਾਂ ਨਹੀਂ ਹੁੰਦਾ, ਮਤਲਬ ਤੁਸੀਂ ਮਤਲਬ ਥਿੜਕੇ ਥਿੜਕੇ 'ਚ ਰਹਿੰਦੇ ਹੋ, ਕੋਈ ਉਦਾਂ ਦੀ ਗੱਲ ਤੁਹਾਡੇ ਅੰਦਰ ਬੈਠੀ ਹੋਵੇ, ਦੇਖੋ ਉਹ ਕਨਫਿਊਜ਼ ਉੱਧਰ ਤੁਹਾਡੇ ਆ ਜਾਂਦਾ ਹੋਵੇ, ਤੁਹਾਨੂੰ ਲੱਗਦਾ ਹੋਵੇ ਕਿ ਇੱਦਾਂ ਵਾ, ਪਰ ਇੱਦਾਂ ਨਹੀਂ ਹੈ, ਜਿੰਨੇ ਤੁਸੀਂ ਕੰਮ ਕੀਤੇ ਉੱਥੇ ਮਤਲਬ ਇੱਦਾਂ ਗੱਲ ਲੱਗਦੀ ਨਹੀਂ ਹੈਗੀ। ਦੇਖੋ ਗੱਲ ਇਹ ਹੈ ਕਿ ਇਸ ਵੇਲੇ ਮੈਂ ਝੂਠ ਵੀ ਨਹੀਂ ਮਾਰ ਸਕਦਾ, ਕਿਉਂਕਿ ਗਵਾਈਆਂ ਮੇਰੇ ਸਾਹਮਣੇ ਬੈਠੀਆਂ, ਮੇਰਾ ਬੇਟਾ ਵੀ ਬੈਠਾ, ਮੇਰੀ ਘਰਵਾਲੀ ਵੀ ਬੈਠੀ ਹੈ, ਅਤੇ ਕਿਸੇ ਵੀ ਤਰ੍ਹਾਂ ਮੈਂ ਝੂਠ ਮਾਰ ਨਹੀਂ ਸਕਦਾ। ਗੱਲ ਇਹ ਹੈ ਕਿ ਸੱਚ ਬੋਲੂੰਗਾ ਅਤੇ ਸ਼ਾਇਦ ਤੁਹਾਨੂੰ ਲੱਗੇਗਾ ਕਿ ਮੈਂ ਵਧਾ ਚੜ੍ਹਾ ਕੇ ਗੱਲ ਕਰ ਰਿਹਾ,
ਸੱਚ ਇਹ ਹੈ ਕਿ ਜਿੰਨਾ ਮੈਂ ਘਰ ਨਾਲ ਜੁੜਿਆ ਹੋਇਆ ਨਾ, ਇੰਨਾ ਮੈਂ ਕਿਸੇ ਵੀ ਹੋਰ ਨਾ ਆਪਣੇ ਕਸਬ ਨਾਲ ਜੁੜਿਆ ਹੋਇਆ ਅਤੇ ਨਾ ਪੋਇਟਰੀ ਨਾਲ ਜੁੜਿਆ ਹੋਇਆ। ਮੇਰੀ ਹੁਣ ਤੱਕ ਦੀ ਵੀ ਜਿਵੇਂ ਮਤਲਬ ਜੇ ਤੁਸੀਂ ਸਾਰਾ ਹਿਸਾਬ ਕਿਤਾਬ ਲਾ ਕੇ ਦੇਖੋ ਕਿ ਮੈਂ ਮਤਲਬ ਜਦੋਂ 4 ਸਾਲ ਦਿੱਲੀ ਦੀ ਨੌਕਰੀ ਵੀ ਕੀਤੀ, ਗਵਾਲੀਅਰ ਵੀ ਸਾਲ ਕੁ ਨੌਕਰੀ ਕੀਤੀ, ਪੂਨੇ ਵੀ ਰਿਹਾ, ਮਤਲਬ ਪੂਨੇ ਦੇ 3 ਕੁ ਮਹੀਨਿਆਂ ਨੂੰ ਛੱਡ ਕੇ ਉੱਥੋਂ 3 ਕੁ ਮਹੀਨਿਆਂ ਬਾਅਦ ਆਉਣਾ ਹੋਇਆ ਅਤੇ ਗਵਾਲੀਅਰ ਤੋਂ ਮੈਂ ਹਰ ਸ਼ੁੱਕਰਵਾਰ ਸ਼ਾਮ ਨੂੰ ਜਲੰਧਰ ਆ ਜਾਂਦਾ ਅਤੇ ਦਿੱਲੀਓ ਮੈਂ ਹਰ 3 ਦਿਨ ਆ ਜਾਂਦਾ ਸੀ। ਅਤੇ ਮਤਲਬ ਇਹ ਕਿ ਘਰ ਜਿਹੜਾ ਉਹ ਮੇਰੇ ਲਈ ਜਿਹੜਾ, ਜਿਵੇਂ ਮੈਂ ਕਈ ਵਾਰੀ ਕਹਿੰਦਾ ਕਿ ਤੁਸੀਂ ਜ਼ਿੰਦਗੀ 'ਚ ਜਿੰਨੀ ਵੱਡੀ ਛਾਲ ਮਾਰਨੀ ਹੋਵੇ ਉਨੀ ਤੁਹਾਡੀ ਪੈਰਾਂ ਥੱਲੇ ਜ਼ਮੀਨ ਸਖਤ ਚਾਹੀਦੀ ਹੈ, ਸਟਰੋਂਗ ਚਾਹੀਦੀ ਹੈ। ਜੇ ਪੈਰਾਂ ਥੱਲੇ ਜ਼ਮੀਨ ਥੋੜ੍ਹੀ ਜਿਹੀ ਵੀ ਪੋਲੀ ਹੋਏਗੀ ਤਾਂ ਤੁਸੀਂ ਛਾਲ ਨਹੀਂ ਮਾਰ ਸਕਦੇ। ਅਤੇ ਮੈਂ ਇਹ ਸਮਝਦਾ ਕਿ ਜੇ ਜ਼ਿੰਦਗੀ ਦੀਆਂ ਮੇਰੀਆਂ ਪ੍ਰਾਪਤੀਆਂ ਜਿੰਨੀਆਂ ਵੱਡੀਆਂ, ਜੇ ਆਪਾਂ ਇਹਨਾਂ ਨੂੰ ਪ੍ਰਾਪਤੀਆਂ ਗਿਣ ਲਈਏ ਤਾਂ ਉਹ ਇਸੇ ਕਰਕੇ ਹੈ ਕਿ ਮੇਰੀ ਘਰ ਵਾਲੀ ਜਿਹੜੀ ਜ਼ਮੀਨ ਸੀਗੀ ਜਿੱਥੋਂ ਮੈਂ ਮਤਲਬ ਸਟੈਪ ਲੈ ਰਿਹਾ ਸੀਗਾ ਉਹ ਕਾਫੀ ਸਟਰੋਂਗ ਸੀਗੀ ਔਰ ਕਾਫੀ ਸੋਲਿਡ ਸੀਗੀ। ਇਸ ਕਰਕੇ ਮੈਂ ਜ਼ਿੰਦਗੀ 'ਚ ਉੱਚਾ ਉੱਡਣ ਦਾ ਜਿਹੜਾ ਨਾ ਉਹ ਮੈਨੂੰ ਸਹਿਜ ਲੱਗਿਆ, ਕੋਈ ਬਹੁਤੀ ਉਚੇਚ ਨਹੀਂ ਮੈਨੂੰ ਕਰਨੀ ਪਈ। ਡਾਕਟਰ ਸਾਹਿਬ ਮੇਰਾ ਇਹ ਕੁਐਸਚਨ ਸੀ ਪਹਿਲਾਂ ਤੁਸੀਂ ਕਈ ਕਿਤਾਬਾਂ ਦਾ ਜ਼ਿਕਰ ਕਰ ਦਿੱਤਾ, ਉਹਨਾਂ ਨੇ ਤੁਸੀਂ ਬਹੁਤ ਪੁਖਤਾ ਪ੍ਰਾਪਤ ਕੀਤੀ। ਮੇਰਾ ਕੁਐਸਚਨ ਇਹ ਹੈ ਕਿ ਮਿਰਜ਼ਾ ਗਾਲਿਬ ਜਿਹੜਾ ਕਹਿੰਦਾ ਕਿ ਔਰ ਚਾਹੀਏ ਉਸਤ ਮੇਰੇ ਬਿਆਨ ਕੇ ਲਈ, ਕੀ ਤੁਹਾਡੀ ਜਿਹੜੀ ਵਿਚਾਰਧਾਰਾ ਹੈ ਉਹ ਕਿਸੇ ਵੀ ਜਗ੍ਹਾ ਵਿੱਚ ਨਹੀਂ ਆਈ, ਜਾਂ ਤੁਹਾਡੇ ਕੋਲ ਕੋਈ ਵਿਲੱਖਣ ਗੱਲ ਸੀ ਹੋਰ ਕਹਿਣ ਲਈ, ਜਿਹਦੇ ਕਹਿਣ ਲਈ ਤੁਸੀਂ ਕੋਈ ਹੋਰ ਵਿਧਾ ਦੀ ਤਲਾਸ਼ ਲਿੱਤਾ? ਨਹੀਂ, ਇੱਦਾਂ ਦੀ ਗੱਲ ਨਹੀਂ ਹੈ। ਇਹਨਾਂ ਨੂੰ ਮੈਂ ਉਹ ਸਭੀ ਹੋਰਾਂ ਦੇ ਸਵਾਲ ਨਾਲ ਵੀ ਥੋੜ੍ਹਾ ਜਿਹਾ ਜੋੜ ਲੈਂਦਾ ਇਹਦੇ ਬਾਰੇ ਵੀ ਮੇਰਾ ਥੋੜ੍ਹਾ ਅਲੱਗ ਜਿਹਾ ਨਜ਼ਰੀਆ। ਜੇ ਮੈਂ ਕਹਾਂ ਜਿਵੇਂ ਹੁਣੇ ਗੱਲ ਹੋ ਰਹੀ ਸੀ ਕਿ ਮੁਹੱਬਤ ਦੀ ਕਵਿਤਾ, ਅਗਾਂਹਵਧੂ ਪ੍ਰਗਤੀਸ਼ੀਲ ਕਵਿਤਾ ਜਾਂ ਕਿਸੇ ਹੋਰ ਮਤਲਬ ਵਿਚਾਰ ਵਾਲੀ ਕਵਿਤਾ, ਇਹ ਮੈਂ ਆਪਣੀ ਕਵਿਤਾ ਨੂੰ ਇੱਦਾਂ ਖਾਨਿਆਂ 'ਚ ਨਹੀਂ ਵੰਡ ਸਕਦਾ। ਮੈਂ ਤੁਹਾਨੂੰ ਜੇ ਮੈਂ ਆਪਣੀਆਂ ਕਵਿਤਾਵਾਂ ਚੁਣਨੀਆਂ ਹੋਣ, ਮੈਂ ਇਹ ਦਰਸ਼ਨ ਦਰਵੇਸ਼ ਉਹਨਾਂ ਨੇ ਮੈਨੂੰ ਕੋਈ ਸਵਾਲ ਭੇਜੇ ਹੋਏ ਆ ਇਹਨਾਂ ਦੀ ਤੁਸੀਂ ਜਵਾਬ ਦਿਓ ਜੀ, ਅਤੇ ਮੈਂ ਇੱਕ ਸਵਾਲ 'ਤੇ ਆ ਕੇ ਅਟਕ ਗਿਆ। ਇਹਨਾਂ ਨੇ ਉਹਦੇ ਵਿੱਚ ਇੱਕ ਸਵਾਲ ਪਾਇਆ ਹੋਇਆ ਕਿ ਤੁਸੀਂ ਆਪਣੇ ਸੰਘਰਸ਼ ਨੂੰ ਜਿੱਦਾਂ ਆਪਣੇ ਸ਼ੇਅਰਾਂ ਵਿੱਚ ਬਿਆਨ ਕੀਤਾ ਹੋਵੇ ਉਹ ਲਿਖੋ, ਅਤੇ ਇੱਥੇ ਆ ਕੇ ਮੈਂ ਅਟਕ ਜਾਂਦਾ। ਮੈਂ ਇਹ ਨਿਸ਼ਾਨਦੇਹੀ ਕਰ ਹੀ ਨਹੀਂ ਸਕਦਾ ਕਿ ਇਹ ਮੇਰੇ ਸੰਘਰਸ਼ ਦੇ ਸ਼ੇਅਰ ਨੇ, ਇਹ ਮੇਰੀ ਮੁਹੱਬਤ ਦੇ ਸ਼ੇਅਰ ਨੇ, ਇਹ ਮੇਰੇ ਜਿਹੜੇ ਅਮੀਆਂ ਜੀ ਕਹਿ ਰਹੇ ਸੀ ਕੁਦਰਤ 'ਤੇ ਵੀ ਕਵਿਤਾਵਾਂ ਲਿਖੀਆਂ ਕਿ ਇਹ ਮੈਂ ਕੁਦਰਤ ਬਾਰੇ ਲਿਖੇ ਹੋਏ ਆ, ਇੱਦਾਂ ਦੀ ਚੀਜ਼ ਮੈਂ ਕਰ ਨਹੀਂ ਸਕਦਾ। ਮੈਂ ਘਟਨਾਵਾਂ ਨਾਲ ਆਪਣੀ ਕਵਿਤਾ ਨੂੰ, ਸ਼ੇਅਰਾਂ ਨੂੰ, ਦੋਹਿਆਂ ਨੂੰ, ਗਜ਼ਲ ਨੂੰ, ਗੀਤ ਨੂੰ ਮੈਂ ਨਹੀਂ ਜੋੜ ਸਕਦਾ। ਮੇਰੀ ਮਤਲਬ ਇਹ ਕਮਜ਼ੋਰੀ ਸਮਝ ਲਓ ਕਿ ਉਹ ਇੱਕ ਮਤਲਬ ਜਾਂ ਕਹਿ ਲਓ ਕਿ ਸਮਾਜ ਦੀ ਬਿਹਤਰੀ ਮੇਰਾ ਬੋਧ ਹੈ। ਮੈਨੂੰ ਮੈਂ ਕੌਨਸ਼ੀਅਸ ਲੈਵਲ 'ਤੇ ਮੈਂ ਸਮਝਦਾ ਕਿ ਮੈਂ ਸਮਾਜ ਨੂੰ ਬਦਲਣਾ, ਮੈਂ ਸਮਾਜ ਦੇ ਵਿੱਚ ਜੋ ਕੁਛ ਹੋ ਰਿਹਾ ਉਹਦੇ 'ਤੇ ਟੀਕਾ ਟਿੱਪਣੀ ਕਰਨੀ ਆ, ਉਹਦੇ 'ਤੇ ਮਤਲਬ ਆਪਣਾ ਐਕਟਿਵਿਸਟ ਰੂਪ ਦਿਖਾਉਣਾ, ਅਤੇ ਲੇਕਿਨ ਪੋਇਟਰੀ 'ਚ ਮੈਂ ਉਹਨੂੰ ਢਾਲਣਾ, ਇਹ ਮੈਂ ਸੁਚੇਤ ਯਤਨ ਕਦੇ ਨਹੀਂ ਕਰਦਾ। ਉਹ ਸਹਿਜ ਰੂਪ ਦੇ ਵਿੱਚ ਉਹ ਪੋਇਟਰੀ 'ਚ ਆ ਜਾਂਦਾ ਅਤੇ ਉਹ ਹੋ ਜਾਂਦਾ, ਅਤੇ ਉਹ ਫਿਰ ਮੈਨੂੰ ਜਦੋਂ ਲਿਖ ਹੋ ਜਾਂਦਾ ਫਿਰ ਮੈਨੂੰ ਲੱਗਦਾ ਕਿ ਇਹ ਚੀਜ਼ ਢੁੱਕਵੀਂ ਆ, ਮੈਨੂੰ ਲੱਗਣ ਲੱਗ ਜਾਂਦੀ ਹੈ। ਜਦੋਂ ਮੈਂ ਜਿੱਦ ਕਰਕੇ ਗਜ਼ਲ ਸੁਣਾਈ ਆ ਤੁਹਾਨੂੰ, ਇਸ ਕਰਕੇ ਸੁਣਾਈ ਆ ਕਿ ਮੈਨੂੰ ਲੱਗਦਾ ਕਿ ਅੱਜ ਦੇ ਸੰਦਰਭ ਦੇ ਵਿੱਚ ਸ਼ਾਇਦ ਇਸੇ ਤਰ੍ਹਾਂ ਦੀ ਪੋਇਟਰੀ ਦੀ ਜ਼ਰੂਰਤ ਹੋਏਗੀ, ਲੋੜ ਹੋਏਗੀ ਜਿਹੜੀ ਮੇਰੇ ਤੋਂ ਲਿਖੀ ਗਈ।
ਮਤਲਬ ਮੈਂ ਸੋਚ ਸਮਝ ਕੇ ਕੋਈ ਮਤਲਬ ਹਿਟਲਰ ਦੀ ਨਿਸ਼ਾਨਦੇਹੀ ਕਰਨੀ ਆ, ਮੈਂ ਇੱਦਾਂ ਨਹੀਂ ਕੀਤੀ, ਕਿਉਂਕਿ ਮੇਰੇ ਦਿਮਾਗ 'ਚ ਇੱਕ ਗੱਲ ਹੈ, ਸਮਾਜ ਨੂੰ ਸਮਝਣ ਦਾ ਇੱਕ ਪੈਟਰਨ ਹੈ ਜਿਹੜਾ ਸਹਿਜ ਰੂਪ 'ਚ ਮੇਰੇ ਦਿਮਾਗ 'ਚ ਹੈ, ਅਤੇ ਮੈਂ ਉਸ ਤਰ੍ਹਾਂ ਪਕੜ ਲੈਂਦਾ ਅਤੇ ਉਹਨੂੰ ਬਿਆਨ ਕਰ ਦਿੰਦਾ। ਹਾਂਜੀ, ਇੱਕ ਛੋਟੀ ਜਿਹੀ ਨਜ਼ਮ ਹੈ ਮੇਰੀ, ਅਸੀਂ, ਉਦੋਂ ਮੈਂ ਦੋ ਸੁਣਾ ਦੂੰਗਾ ਕਿਉਂਕਿ ਛੋਟੀ ਹੈ, ਸ਼ਾਇਦ ਤੁਹਾਨੂੰ ਲੱਗੇ ਕਿ ਬਹੁਤ ਛੋਟੀ ਹੈ। ਉਹ ਹੈ ਕਿ ਅਸੀਂ ਰੋਂਦੇ ਗੁਲਾਬ ਹਾਂ, ਅਸੀਂ ਰੋਂਦੇ ਗੁਲਾਬ ਹਾਂ, ਜਿਨ੍ਹਾਂ ਨੂੰ ਕੰਡਿਆਂ ਦੀ ਦਹਿਸ਼ਤ ਨੇ ਖੇੜਨ ਦਾ ਸਲੀਕਾ ਤਾਂ ਦਿੱਤਾ ਪਰ ਆਪਣੀ ਖੁਸ਼ਬੂ ਨੂੰ ਸੁੰਘਣ ਦੀ ਸ਼ਕਤੀ ਨਾ ਦਿੱਤੀ। ਇੰਨੀ ਨਜ਼ਮ ਹੈ। ਅਸੀਂ ਰੋਂਦੇ ਗੁਲਾਬ ਹਾਂ, ਜਿਨ੍ਹਾਂ ਨੂੰ ਕੰਡਿਆਂ ਦੀ ਦਹਿਸ਼ਤ ਨੇ ਖੇੜਨ ਦਾ ਸਲੀਕਾ ਤਾਂ ਦਿੱਤਾ ਪਰ ਆਪਣੀ ਖੁਸ਼ਬੂ ਨੂੰ ਸੁੰਘਣ ਦੀ ਸ਼ਕਤੀ ਨਾ ਦਿੱਤੀ। ਪਰ ਮੈਨੂੰ ਤਾਂ ਇਹ ਲੱਗਦਾ ਕਿ ਗਜ਼ਲ ਦੀ ਸ਼ੇਅਰ ਨੂੰ ਇੱਕ ਤੁਹਾਡਾ ਕਵਿਤਾ ਦੇ ਵਿੱਚ ਢਲ ਗਿਆ। ਇਸੇ ਕਰਕੇ ਤਾਂ ਮੈਂ ਕਹਿੰਦਾ ਕਿ ਮੈਂ ਖੁਦ ਕਨਫਿਊਜ਼ਡ ਹਾਂ ਵੀ ਇਹ ਗਜ਼ਲ ਹੈ ਕਿ ਕਵਿਤਾ ਹੈ। ਪਰ ਇਹਦੇ 'ਚ ਕੋਈ ਬਹਿਰ ਵਜਨ ਰਦੀਫ ਕੁਛ ਨਹੀਂ ਹੈਗਾ, ਕੁਛ ਨਹੀਂ, ਇਸ ਕਰਕੇ ਇਹ ਕਵਿਤਾ ਹੀ ਹੈ। ਕਵਿਤਾ ਹੈ ਖਾਮੋਸ਼ੀ। ਮੈਂ ਸੁਣਾ ਤਾਂ ਸਿਰਫ ਖਾਮੋਸ਼ੀ ਸੁਣਾ ਤੇਰੀ, ਮੈਂ ਸੁਣਾ ਤਾਂ ਸਿਰਫ ਖਾਮੋਸ਼ੀ ਸੁਣਾ ਤੇਰੀ, ਮੈਂ ਬੁਣਾ ਤਾਂ ਸਿਰਫ ਸੁਪਨਾ ਬੁਣਾ ਤੇਰਾ। ਮੈਂ ਸੁਣਾ ਤਾਂ ਸਿਰਫ ਖਾਮੋਸ਼ੀ ਸੁਣਾ ਤੇਰੀ, ਮੈਂ ਬੁਣਾ ਤਾਂ ਸਿਰਫ ਸੁਪਨਾ ਬੁਣਾ ਤੇਰਾ। ਤੇਰੀਆਂ ਅੱਖਾਂ 'ਚ ਖਿੜੇ ਰੀਝਾਂ ਦੇ ਬਾਗ, ਮੇਰੇ ਖਾਬਾਂ 'ਚ ਖੂਬੀ ਖਾਰਾਂ ਦੀ ਖੁਸ਼ਬੂ। ਤੇਰੀਆਂ ਅੱਖਾਂ 'ਚ ਖਿੜੇ ਰੀਝਾਂ ਦੇ ਬਾਗ, ਮੇਰੇ ਖਾਬਾਂ 'ਚ ਖੂਬੀ ਖਾਰਾਂ ਦੀ ਖੁਸ਼ਬੂ। ਅਜਬ ਇਤਫਾਕ ਹੈ ਕਿ ਮੈਂ ਚਿਮਣੀਆਂ ਦੇ ਝਰਨਿਆਂ 'ਚ ਹੀ ਪੁਣ ਪੁਣ ਵੇਖਦਾ ਹਾਂ ਦਿਲ ਦਰਿਆ। ਅਜਬ ਇਤਫਾਕ ਹੈ ਕਿ ਮੈਂ ਚਿਮਣੀਆਂ ਦੇ ਝਰਨਿਆਂ 'ਚ ਹੀ ਪੁਣ ਪੁਣ ਵੇਖਦਾ ਹਾਂ ਦਿਲ ਦਰਿਆ। ਸਮੇਂ ਦੇ ਸਫ਼ੇ ਉੱਤੇ ਖੁਣੀ ਹੋਈ ਖਾਸ਼ਾਂ ਦੀ ਪੈੜ ਮੇਰੀ ਅੱਖ ਚੋਬਦੀ ਹੈ ਵਾਰ ਵਾਰ। ਸਮੇਂ ਦੇ ਸਫ਼ੇ ਉੱਤੇ ਖੁਣੀ ਹੋਈ ਖਾਸ਼ਾਂ ਦੀ ਪੈੜ ਮੇਰੀ ਅੱਖ ਚੋਬਦੀ ਹੈ ਵਾਰ ਵਾਰ। ਅੱਖ ਦੀ ਪੁਤਲੀ ਮੇਰੀ ਨੱਚਦੀ ਪੁਤਲੀ ਤਰ੍ਹਾਂ ਉਲਝਦੀ ਹੈ ਵਾਰ ਵਾਰ। ਯਾਦਾਂ ਦੇ ਜਾਲ ਅੰਦਰ ਮੇਰੇ ਕੰਨਾਂ 'ਚ ਵੱਜ ਰਿਹਾ ਮੌਤ ਦਾ ਮਰਦੰਗ ਤਿਗੜ ਤਿਗੜ ਥਾ ਥਾ। ਇਹ ਕੀ ਸੁਣ ਰਿਹਾ ਹਾਂ ਮੈਂ? ਮੈਂ ਸੁਣਨਾ ਚਾਹੁੰਦਾ ਸਿਰਫ ਖਾਮੋਸ਼ੀ ਤੇਰੀ, ਮੈਂ ਬੁਣਨਾ ਚਾਹੁੰਦਾ ਸਿਰਫ ਸੁਪਨਾ ਤੇਰਾ। ਇੱਕ ਨਿੱਕੀ ਜਿਹੀ ਕਵਿਤਾ ਹੋਰ ਸੁਣਾ ਦਿੰਦਾ, ਉਹ ਕਵਿਤਾ ਹੈ ਗੁਫ਼ਤਗੂ। ਇਸ ਤੋਂ ਪਹਿਲਾਂ ਕਿ ਇੰਡੀਆ ਗੇਟ ਦਿੱਲੀ 'ਚੋਂ ਬਾਹਰ ਨਿਕਲੇ, ਇਸ ਤੋਂ ਪਹਿਲਾਂ ਕਿ ਇੰਡੀਆ ਗੇਟ ਦਿੱਲੀ 'ਚੋਂ ਬਾਹਰ ਨਿਕਲੇ, ਇਸ ਤੋਂ ਪਹਿਲਾਂ ਕਿ ਲਾਲ ਕਿਲ੍ਹਾ ਜਮਨਾ 'ਚ ਉਤਰ ਜਾਏ, ਇਸ ਤੋਂ ਪਹਿਲਾਂ ਕਿ ਲਾਲ ਕਿਲ੍ਹਾ ਜਮਨਾ 'ਚ ਉਤਰ ਜਾਏ, ਇਸ ਤੋਂ ਪਹਿਲਾਂ ਕਿ ਫਿਰ ਸ਼ੁਰੂ ਹੋਏ ਕਾਰਗਿਲ ਕੋਈ, ਇਸ ਤੋਂ ਪਹਿਲਾਂ ਕਿ ਫਿਰ ਸ਼ੁਰੂ ਹੋਏ ਕਾਰਗਿਲ ਕੋਈ, ਫਿਰ ਢਹੇ ਮੰਦਰ ਜਾਂ ਮਸਜਿਦ ਕੋਈ, ਇਸ ਤੋਂ ਪਹਿਲਾਂ ਕਿ ਦੰਗੇ ਹੋ ਜਾਣ ਦੀਵਾਰਾਂ, ਇਸ ਤੋਂ ਪਹਿਲਾਂ ਕਿ ਦੰਗੇ ਹੋ ਜਾਣ ਦੀਵਾਰਾਂ, ਇਸ ਤੋਂ ਪਹਿਲਾਂ ਕਿ ਖੁਦਕਸ਼ੀ ਕਰ ਲਏ ਸੰਸਦ ਖੁਦ ਬਖੁਦ, ਇਸ ਤੋਂ ਪਹਿਲਾਂ ਕਿ ਖੁਦਕਸ਼ੀ ਕਰ ਲਏ ਸੰਸਦ ਖੁਦ ਬਖੁਦ। ਆਓ ਵੋਟ ਕਲੱਬ ਚੱਲੀਏ ਕਰੀਏ ਗੁਫ਼ਤਗੂ ਕੋਈ, ਆਓ ਵੋਟ ਕਲੱਬ ਚੱਲੀਏ ਕਰੀਏ ਗੁਫ਼ਤਗੂ ਕੋਈ। ਪਾਣੀ ਦੀਆਂ ਲਹਿਰਾਂ ਨਾਲ, ਹਰੇ ਭਰੇ ਘਾਹ ਨਾਲ, ਖਿੜੇ ਹੋਏ ਫੁੱਲਾਂ ਨਾਲ, ਆਓ ਗੁਫ਼ਤਗੂ ਕਰੀਏ। ਤੇ ਕੰਮ ਕਰ ਰਹੇ ਹੁੰਦੇ ਦੂਰ ਦਰ
ਦਰਸ਼ਨ ਦੇ ਪੰਜਾਬ ਆਰਟਸ ਕੌਂਸਲ ਚ ਘਰ ਦੇ ਰੁਝੇਵੇ ਹੈ ਨਾ, ਹੋਰ ਸਾਹਿਤਕ ਦੋਸਤ ਦੋਸਤਾਂ ਦੇ ਵੀ, ਤਾਂ ਉਸ ਵੇਲੇ ਉਹ ਜਿਹੜਾ ਜੌਹਲ ਕਵੀ ਜੌਹਲ ਆ ਉਹਨੂੰ ਕਿਤੇ ਨਾ ਕਿਤੇ ਉਹ ਹੁੰਦੀ ਆ ਵੀ ਕਿਵਿੰਗ ਹੁੰਦੀ ਆ ਵੀ ਮੈਂ ਲਿਖਣਾ ਸੀ, ਮੈਨੂੰ ਟਾਈਮ ਨਹੀਂ ਮਿਲਿਆ, ਮੈਂ ਆਹ ਕੰਮ ਕਰਨਾ ਸੀ। ਨਹੀਂ, ਇਸ ਤਰ੍ਹਾਂ ਦੀ ਗੱਲ ਹੁੰਦੀ ਨਹੀਂ ਹੈ। ਮੈਨੂੰ ਸਮੇਂ 'ਤੇ ਕੋਈ ਕਦੇ ਗਿਲਾ ਨਹੀਂ ਹੋਇਆ। ਮੈਂ ਸਮਝਦਾ ਕਿ ਅਸਲ 'ਚ ਮੁੱਖ ਕੰਮ ਤੁਹਾਡਾ ਜਿਹੜਾ ਉਹਨੂੰ ਤੁਸੀਂ ਨਿਰਧਾਰਤ ਨਹੀਂ ਕਰ ਸਕਦੇ ਕਿ ਕੀ ਹੈ, ਉਹ ਤੁਹਾਡੇ ਅੰਦਰੋਂ ਹੀ ਫੁੱਟਦਾ। ਜਦੋਂ ਕਵਿਤਾ ਦਾ ਸਮਾਂ ਹੋਣਾ ਤਾਂ ਤੁਸੀਂ ਕਵਿਤਾ ਲਿਖ ਲੈਣੀ ਹੈ, ਜਦੋਂ ਆਰਟਸ ਕੌਂਸਲ ਦੀ ਮੀਟਿੰਗ ਦਾ ਸਮਾਂ ਹੋਣਾ ਤਾਂ ਮੈਂ ਮੀਟਿੰਗ 'ਤੇ ਤੁਰ ਪੈਣਾ, ਉਹਦੇ 'ਚ ਕੋਈ ਸਮੱਸਿਆ ਆਉਣੀ ਨਹੀਂ ਹੈ। ਨਹੀਂ ਨਹੀਂ, ਆਹ ਜਿਹੜੀ ਕਨਫਿਊਜ਼ਨ ਦੀ ਗੱਲ ਵਾਰ ਵਾਰ ਆ ਰਹੀ ਹੈ, ਮੈਂ ਜਿਸ ਤਰ੍ਹਾਂ ਤੁਸੀਂ ਸ਼ੁਰੂ ਤੋਂ ਕੰਟੀਨਿਊ ਕਾਰਜਸ਼ੀਲ ਹੋ, ਕਦੇ ਵੀ ਤੁਹਾਨੂੰ ਰੁਕਦੇ ਨਹੀਂ ਦੇਖਿਆ, ਥੱਕਦੇ ਨਹੀਂ ਵੇਖਿਆ, ਕਨਫਿਊਜ਼ਡ ਬੰਦਾ ਕਾਰਜਸ਼ੀਲ ਲਗਾਤਾਰ ਰਹਿ ਜਾਂਦਾ? ਇਹਦਾ ਜਵਾਬ ਮੈਂ ਦੇ ਨਹੀਂ ਸਕਦਾ, ਕਾਰਜਸ਼ੀਲ ਮੈਂ ਹੈਗਾ, ਇਹਦੇ 'ਚ ਕੋਈ ਡਾਊਟ ਨਹੀਂ ਹੈ। ਇਹ ਸੱਚ ਹੈ ਕਿ ਮੈਂ ਕਾਰਜਸ਼ੀਲ ਹਾਂ, ਔਰ ਮੈਂ ਮਤਲਬ ਇੰਨਾ ਕੁਛ, ਜੇ ਮੈਂ ਰਾਤ ਨੂੰ 1:30 ਵਜੇ ਵੀ ਘਰ ਆਉਂਦਾ ਤਾਂ ਮੈਂ ਸਵੇਰੇ 5:30 ਵਜੇ ਉੱਠ ਜਾਂਦਾ। ਨਹੀਂ, ਖੈਰ ਵੀ ਯੂਜ਼ਲੀ ਮੈਂ ਬਹੁਤ ਘੱਟ ਬੋਲਦੀ ਹਾਂ, ਅਤੇ ਇਸ ਲਈ ਜੇ ਇਹ ਕਵਿਤਾ ਲਿਖਦੇ ਵੀ ਆ ਮੈਂ ਉਹਨੂੰ ਪੜ੍ਹ ਵੀ ਲੈਂਦੀ ਹਾਂ, ਔਰ ਅੱਛਾ ਵੀ ਲੱਗਦਾ ਹੈ ਕਿ ਵੀ ਹਾਂ ਇਹਨਾਂ ਕੋਲ ਇੱਕ ਵੱਖਰੀ ਸਕਿੱਲ ਹੈ। ਠੀਕ ਹੈ, ਅਤੇ ਉਹਦੇ ਲਈ ਨੈਚੁਰਲੀ ਜਿਹੜਾ ਹੈ ਮੈਨੂੰ ਬਹੁਤ ਅੱਛਾ ਲੱਗਦਾ। ਨਹੀਂ ਲਿਖੀ ਹੈ, ਇੱਕ ਕਵਿਤਾ, ਇੱਕ ਜਾਂ ਦੋ ਕਵਿਤਾਵਾਂ ਇੱਦਾਂ ਦੀਆਂ ਵੀ ਹੈ ਜਿਹਨਾਂ ਨੂੰ ਪੜ੍ਹ ਕੇ ਵੀ ਬਹੁਤ, ਮੈਂ ਕਹਿ ਲਓ ਇਮੋਸ਼ਨਲੀ ਵੀ ਉਸ ਵੇਲੇ ਅਪਸੈਟ ਹੋਈ ਕਿ ਵੀ ਕੋਈ ਵਿਅਕਤੀ ਇਸ ਤਰ੍ਹਾਂ ਵੀ ਇੰਨੇ ਕਹਿ ਲਓ ਐਕਸਪੈਂਸ਼ਨ ਦੇ ਵਿੱਚ ਵੀ ਸੋਚ ਸਕਦਾ। ਨੈਚੁਰਲੀ ਉਸ ਤੋਂ ਪਹਿਲਾਂ ਨਹੀਂ ਸੀ ਮੈਂ ਕਦੇ ਸੋਚਦੀ, ਸੁਣਾ ਨਹੀਂ ਸਕਦੀ ਮੈਂ, ਉਹ ਨੇ ਮੈਨੂੰ ਵੀ ਯਾਦ ਨਹੀਂ। ਉਹ ਮੇਰੀ ਪਹਿਲੀ ਕਿਤਾਬ 'ਚ ਉਹਦਾ ਟਾਈਟਲ ਹੀ ਇਹ ਆ ਵੈਸੇ ਕਿ ਹੁਣ ਤੂੰ ਪਰਤ ਆ ਪਰਮਜੀਤ, ਪਰਮਜੀਤ ਇਹਨਾਂ ਦਾ ਨਾਂ ਹੈ। ਉਹ ਬਕਾਇਦਾ ਉਹ ਬਹੁਤ ਦੇਰ ਹੋਈ ਕਿਤਾਬ ਦੇ ਵਿੱਚ, ਹੁਣ ਮੇਰੇ ਕੋਲ ਮੈਂ ਸਾਰੀ ਸੁਣਾ ਨਹੀਂ ਸਕਦਾ ਕਿਉਂਕਿ 1990 'ਚ ਲਿਖੀ ਸੀ ਵੈਸੇ। ਅਤੇ ਹੁਣ ਹੁਣ ਵਾਲੀ ਕਿਤਾਬ ਦੇ ਵਿੱਚ ਵੀ ਇੱਕ ਕਵਿਤਾ ਹੈਗੀ, ਉਹ ਮੈਂ ਤੁਹਾਨੂੰ ਸੁਣਾਉਂਦਾ। ਕਵਿਤਾ ਹੈ ਕਿ ਬੀਵੀ ਉਦਾਸ ਹੈ, ਮੈਂ ਖੋਲ੍ਹ ਦਿੰਦਾ ਹਾਂ ਸਭ ਦਰਵਾਜ਼ੇ ਬਾਰੀਆਂ ਘਰ ਦੇ ਸਪਾਟ, ਮੈਂ ਖੋਲ੍ਹ ਦਿੰਦਾ ਹਾਂ ਸਭ ਦਰਵਾਜ਼ੇ ਬਾਰੀਆਂ ਘਰ ਦੇ ਸਪਾਟ, ਕਮਰੇ ਵਿੱਚ ਆ ਰਹੀ ਹੈ ਤਾਜ਼ਾ ਹਵਾ ਚੌਤਰਫਾ ਰੋਸ਼ਨੀ, ਚੜ੍ਹਦੇ ਸੂਰਜ ਦੀ ਲਾਲੀ, ਲਾਲੀ ਦੇ ਨਾਲ ਨਾਲ ਉੱਗਦੀਆਂ ਕਵਿਤਾਵਾਂ, ਜਾਗਦੇ ਖਿਆਲ ਮਨ ਤਾਜ਼ਾ ਕਰਦੀਆਂ ਮਹਿਕਦੀਆਂ ਦਿਸ਼ਾਵਾਂ। ਬੀਵੀ ਉਦਾਸ ਹੈ, ਡਾਂਟਦੀ ਹੈ ਮੈਨੂੰ ਵਾਰ ਵਾਰ, ਬੀਵੀ ਉਦਾਸ ਹੈ, ਡਾਂਟਦੀ ਹੈ ਮੈਨੂੰ ਵਾਰ ਵਾਰ, ਪਹਾੜ 'ਤੇ ਜਾਣ ਤੇਰੀਆਂ ਕਵਿਤਾਵਾਂ, ਤੇਰੀਆਂ ਦਿਸ਼ਾਵਾਂ, ਚੜ੍ਹਦੇ ਸੂਰਜ ਦੀ ਲਾਲੀ ਨਾਲ ਉੱਗਦੀਆਂ ਕਵਿਤਾਵਾਂ, ਗਿਲਾ ਹੈ ਉਸਨੂੰ ਹਵਾ ਦੇ ਨਾਲ ਨਾਲ ਆਉਂਦੀ ਹੈ ਮਿੱਟੀ
ਖਰਾਬ ਕਰਨ ਸੋਫੇ ਦੀਆਂ ਗੱਦੀਆਂ ਪਰਦੇ ਬਾਰੀਆਂ ਦੇ। ਗਿਲਾ ਹੈ ਉਸਨੂੰ ਹਵਾ ਦੇ ਨਾਲ ਨਾਲ ਆਉਂਦੀ ਹੈ ਮਿੱਟੀ ਖਰਾਬ ਕਰਨ ਸੋਫੇ ਦੀਆਂ ਗੱਦੀਆਂ ਪਰਦੇ ਬਾਰੀਆਂ ਦੇ। ਮੈਲੇ ਹੋ ਰਹੇ ਬਰਤਨ ਚੀਨੀ ਦੇ ਕੱਪ ਚਾਹ ਵਾਲੇ ਕੱਚ ਦੇ ਗਲਾਸ ਪਾਣੀ ਪੀਣ ਵਾਲੇ ਉਠਾ ਕੇ ਦਿਖਾਉਂਦੀ ਹੈ ਉਹ ਆਹ ਦੇਖ ਕਿੰਨਾ ਘੱਟਾ ਇਹਨਾਂ 'ਤੇ ਵੇਖਦਾ ਹਾਂ ਮੈਂ ਉਠਾ ਕੇ ਦਿਖਾਉਂਦੀ ਹੈ ਉਹ ਆਹ ਦੇਖ ਕਿੰਨਾ ਘੱਟਾ ਹੈ ਇਹਨਾਂ ਉੱਤੇ ਵੇਖਦਾ ਹਾਂ ਮੈਂ ਪਰ ਮੈਨੂੰ ਕਿਉਂ ਨਹੀਂ ਦੱਸਦਾ ਬਰਤਨਾਂ 'ਤੇ ਪਿਆ ਘੱਟਾ ਪਰ ਮੈਨੂੰ ਕਿਉਂ ਨਹੀਂ ਦੱਸਦਾ ਬਰਤਨਾਂ 'ਤੇ ਪਿਆ ਘੱਟਾ ਪਰਦਿਆਂ 'ਤੇ ਪਈ ਗਰਦ ਗੱਦੀਆਂ 'ਤੇ ਬੈਠੀ ਧੂੜ ਮੈਲੇ ਹੋ ਰਹੇ ਕੱਪ ਗਲਾਸ ਪਲੇਟਾਂ ਮੈਨੂੰ ਕਿਉਂ ਨਹੀਂ ਦੱਸਦੇ। ਤਾਜ਼ਾ ਹਵਾ ਦਾ ਲਿਬਾਸ ਪਾਈ ਘਰਾਂ 'ਚ ਘਰ ਕਰ ਰਹੀ ਧੂੜ ਮੈਨੂੰ ਕਿਉਂ ਨਹੀਂ ਦੱਸਦੀ। ਪਰੇਸ਼ਾਨ ਹਾਂ ਮੈਂ ਬੀਵੀ ਉਦਾਸ ਹੈ ਇਹ ਤਾਜ਼ਾ ਹਵਾ ਇਹ ਸੂਰਜ ਦੀ ਲਾਲੀ ਲਾਲੀ ਦੇ ਨਾਲ ਨਾਲ ਉੱਗਦੀਆਂ ਕਵਿਤਾਵਾਂ ਇਹ ਮਿੱਟੀ ਇਹ ਘੱਟਾ ਮੈਨੂੰ ਕਿਉਂ ਨਹੀਂ ਦੱਸਦਾ। ਥੈਂਕ ਯੂ ਬੇਟੇ। ਤੁਹਾਨੂੰ ਕਿਵੇਂ ਲੱਗਦਾ ਜਦੋਂ ਪਾਪਾ ਲਿਖਦੇ ਆ? ਵੈਸੇ ਕਵਿਤਾਵਾਂ ਉਦੋਂ ਮੈਂ ਜ਼ਿਆਦਾ ਤਾਂ ਨਹੀਂ ਪੜ੍ਹੀਆਂ ਪਾਪਾ ਦੀਆਂ ਅਤੇ ਯੂਜਲੀ ਵੈਸੇ ਮੈਂ ਜਦੋਂ ਕਿਤਾਬ ਪੜ੍ਹਨੀ ਸ਼ੁਰੂ ਕਰਦਾ ਹੁੰਦਾ ਪਾਪਾ ਦੀ ਜਾਂ ਕੋਈ ਵੀ ਅਤੇ ਕੰਟੈਂਟਸ ਵਾਲਾ ਪੇਜ ਮੈਂ ਦੇਖਦਾ ਹੁੰਦਾ ਅਤੇ ਯੂਜਲੀ ਮੈਂ ਸਭ ਤੋਂ ਜਿਹੜੀਆਂ ਛੋਟੀਆਂ ਹੁੰਦੀਆਂ ਲੈਂਥ ਦੇ ਵਿੱਚ ਉਹ ਪਹਿਲਾਂ ਪੜ੍ਹਦਾ ਹੁੰਦਾ ਅਤੇ ਉਹਨਾਂ ਵਿੱਚੋਂ ਇੱਕ ਤਾਂ ਜਿਹੜੀ ਅੱਜ ਪਾਪਾ ਨੇ ਸੁਣਾਈ ਹੈ ਅਸੀਂ ਰੋਂਦੇ ਗੁਲਾਬਾਂ ਵਾਲੀ ਉਹ ਮਤਲਬ ਮੇਰੀ ਫੇਵਰੇਟਸ ਵਿੱਚੋਂ ਹੈਗੀ ਆ ਅਤੇ ਉਸ ਤੋਂ ਬਿਨਾਂ ਇੱਕ ਕਵਿਤਾ ਰੱਬ ਉਹ ਵੀ ਮੈਨੂੰ ਬਹੁਤ ਪਸੰਦ ਹੈ ਅਤੇ ਵੈਸੇ ਉੱਦਾਂ ਜਦੋਂ ਪਾਪਾ ਲਿਖਦੇ ਆ ਉਹਦੇ ਬਾਰੇ ਤਾਂ ਬਹੁਤਾ ਮੈਨੂੰ ਇੱਦਾਂ ਮਤਲਬ ਕਹਿ ਲਓ ਮੈਂ ਉਸ ਵੇਲੇ ਮੈਨੂੰ ਪਤਾ ਨਹੀਂ ਹੁੰਦਾ ਵੀ ਲਿਖ ਰਹੇ ਨੇ ਅਤੇ ਯੂਜਲੀ ਮੈਂ ਜਦੋਂ ਛਪ ਜਾਂਦੀ ਉਸ ਤੋਂ ਬਾਅਦ ਹੀ ਮਤਲਬ ਪੜ੍ਹਦਾ ਹੁੰਦਾ ਹੈ ਅਤੇ ਵਧੀਆ ਲੱਗਦੀਆਂ ਅਤੇ ਸਭ ਤੋਂ ਕਹਿ ਲਓ ਜਿਹੜੀ ਗੱਲ ਮੈਂ ਜ਼ਿਆਦਾ ਵਿੱਚ ਨੋਟ ਕਰਦਾ ਉਹ ਇਹੀ ਆ ਵੀ ਜੋ ਕੁਛ ਵੀ ਕਵਿਤਾਵਾਂ ਦੇ ਵਿੱਚ ਪਾਪਾ ਲਿਖਦੇ ਆ ਸਾਰੀਆਂ ਜੋ ਗੱਲਾਂ ਵੀ ਉੱਦਾਂ ਦੱਸਦੇ ਨੇ ਮਤਲਬ ਡੇ ਟੂ ਡੇ ਲਾਈਫ ਦੇ ਵਿੱਚ ਉਹ ਦੋਵੇਂ ਮਤਲਬ ਪੂਰੀ ਤਰ੍ਹਾਂ ਲਗਭਗ ਕਹਿ ਲਓ ਕਹਿ ਸਕਦੇ ਹੋ ਕਿ ਮੈਚ ਕਰਦੀਆਂ ਨੇ। ਇਹ ਨਹੀਂ ਹੈਗਾ ਕਿ ਦੱਸਦੇ ਕੁਛ ਨੇ ਕਹਿੰਦੇ ਕੁਛ ਨੇ ਅਤੇ ਕਹਿ ਲਓ ਕਵਿਤਾ ਦੇ ਵਿੱਚ ਕੁਛ ਹੋਰ ਕਰ ਦਿੰਦੇ ਨੇ। ਇਹ ਗੱਲ ਮੈਨੂੰ ਅੱਛੀ ਲੱਗਦੀ।